ਰਾਣੀ ਪੈ ਗਈ ਪੁੱਤ ਮੈਂ ਤਾਂ ਐ ਕਹਿਣੀ ਸੀ ਮਖਾ ਮੈਨੂੰ ਚਾਹ ਦੇ ਘੁੱਟ ਕਰ ਦਿੰਦੇ ਮੇਰਾ ਦਵਾਈ ਦਾ ਟਾਈਮ ਹੋ ਗਿਆ ਤੇਰੀ ਤਾਂ ਚਾਹ ਹੀ ਨਹੀਂ ਮੁੱਕਦੀ ਹੈਗੀ ਬਹਾਨੇ ਸਿਰਾ ਕੇ ਮੇਤੋਂ ਕੰਮ ਹੀ ਕਰਵਾਈ ਜਾਂਦੀ ਮੇਤੋਂ ਨਹੀਂ ਬਣਦੀ ਚਾਹ ਚੂ ਲੈ ਦੇਖੀ ਐ ਗੁੱਸਾ ਕਾਹਤੋਂ ਕਰਦੀ ਐ ਮੈਨੂੰ ਤਾਂ ਡਾਕਟਰ ਨੇ ਦੁੱਧ ਨਾਲ ਦਵਾਈ ਦੱਸੀ ਐ ਮਖਾ ਚੱਲ ਚਾਹ ਦੇ ਘੁੱਟ ਨਾਲ ਲੈ ਲਵਾਂਗੇ ਐਨਾ ਹੀ ਐ ਨਾ ਤਾਂ ਆਪ ਜਾ ਕੇ ਬਣਾ ਲਓ ਕੜੀ ਪੈਣ ਵੀ ਨਹੀਂ ਦਿੰਦੀ ਹੈਗੀ ਸਾਰੀ ਨੀਂਦ ਖਰਾਬ ਕਰਕੇ ਰੱਖਦੀ ਮੇਰੀ ਚੱਲ ਕੋਈ ਨਾ ਗੁੱਸਾ ਨਾ ਕਰ ਪੁੱਤ ਮੈਂ ਤਾਂ ਆਪੇ ਕਰ ਲੈਣੀ ਔਖੀ ਸੌਖੀ ਆਹੋ ਆਹੋ ਕਰ ਲਓ ਨਾਲੇ ਬੰਨੀ ਥੋੜੀ ਐ ਨਾ ਤੁਹਾਡੇ ਕੰਮ ਤੇ ਐਵੇਂ ਤਮਾਕ ਖਾਈ ਜਾਊਂਗੀ ਹਾਏ ਰੱਬਾ ਮੈਂ ਤਾਂ ਗੋਡਿਆਂ ਨੇ ਬਹੁਤ ਹਲਕ ਪੀ ਲਿਆ ਦੱਸ ਦੇਖੀ ਕਿਵੇਂ ਕਰਦੀ ਐ ਮੈਂ ਤਾਂ ਸਤੇ ਸੁਭਾਅ ਕਹਿਤਾ ਮੈਂ ਕਿਹਾ ਚਾਹ ਦੀ ਘੁੱਟ ਕਰ ਦੂਗੇ ਮੇਰੇ ਗੋਡਿਆਂ 'ਚ ਬਹੁਤਾ ਦਰਦ ਹੁੰਦਾ ਕਿਵੇਂ ਭੱਜ ਭੱਜ ਪੈਂਦੀ ਐ ਨਾਲੇ ਕੁਛ ਕਿਹਾ ਵੀ ਨਹੀਂ ਹੈਗਾ ਮੈਂ ਤਾਂ ਉਹਨੂੰ ਮੇਰੇ ਤਾਂ ਪਹਿਲਾਂ ਹੀ ਗੋਡਿਆਂ 'ਚ ਦਰਦ ਹੁੰਦਾ ਹਾਏ ਰੱਬਾ ਕੀ ਕਰਾਂ ਮੈਂ ਹਾਏ ਰੱਬਾ ਬੁੜੀ ਮੇਰਾ ਕਿੰਨਾ ਦਿਮਾਗ ਖਾਂਦੀ ਹੈ ਇੱਕ ਚਾਹ ਨਹੀਂ ਬਣਾ ਕੇ ਪੀ ਸਕਦੀ ਆਪ ਮਸੀ ਅੱਖ ਲੱਗੀ ਤੀ ਸੌਣ ਵੀ ਨਹੀਂ ਦਿੰਦਾ ਟੱਬਰ ਮੈਨੂੰ ਦਵਾਈ ਤਾਂ ਬਹੁਤ ਹੀ ਲੇਟ ਹੋ ਗਈ ਹਾਏ ਰੱਬਾ ਕੀ ਕਰਾਂ ਦਵਾਈ ਤਾਂ ਹੁਣ ਲੈਣੀ ਪੈਣੀ ਹੈ ਓਹੋ ਮੰਮੀ ਮੰਮੀ ਬੇ ਹਾਂ ਪੁੱਤ ਕੀ ਕਹਿਣਾ ਰਸੋਈ ਚ ਮੈਂ ਉਰੀ ਆ ਜਾ ਮੇਰੇ ਕੋਲੇ ਮੇਰੇ ਤੋਂ ਚੱਲਿਆ ਨਹੀਂ ਜਾਂਦਾ ਬਹੁਤਾ ਲੈ ਆ ਬੋਲਦੀ ਰਸੋਈ ਚ ਆ ਗਿਆ ਇਹ ਮੰਮੀ ਕਿੱਥੇ ਐ ਤੂੰ ਆ ਜਾ ਪੁੱਤ ਮੈਂ ਤਾਂ ਚਾਹ ਦੀ ਘੁੱਟ ਕਰਦੀ ਐ ਮੇਰੀ ਤਾਂ ਦਵਾਈ ਨੂੰ ਅੱਜ ਬਹੁਤਾ ਖਵੇੜਾ ਹੋ ਗਿਆ ਭਾਬੀ ਨੂੰ ਕਹਿ ਦਿੰਦੀ ਪੁੱਤ ਉਹ ਤਾਂ ਕਰ ਦਿੰਦੀ ਉਹ ਤਾਂ ਅੱਜ ਆਪ ਸਵੇਰ ਦੀ ਬਿਮਾਰ ਹੋਈ ਪਈ ਐ ਕਹਿੰਦੀ ਮੇਰਾ ਬੀ ਪੀ ਡਾਊਨ ਹੋ ਗਿਆ ਮੈਂ ਕਿਹਾ ਚੱਲ ਭਾਈ ਚਾਹ ਦੀ ਘੁੱਟ ਕਰਨੀ ਐ ਮੈਂ ਕਰ ਲੈਣੀ ਔਖੀ ਸੌਖੀ ਚੱਲ ਤੂੰ ਐ ਕਰ ਤੂੰ ਵੀ ਆਰਾਮ ਕਰ ਚਾਹ ਮੈਂ ਕਰ ਦਿੰਦਾ ਬੇ ਕੋਈ ਨਾ ਪੁੱਤ ਮੈਂ ਕਰ ਲੈਣੀ ਆਪੇ ਕੋਈ ਨਾ ਓ ਮੰਮੀ ਤੂੰ ਆਰਾਮ ਕਰ ਲੈ ਤੇਰੇ ਗੋਡਿਆਂ ਤੋਂ ਪਹਿਲਾਂ ਹੀ ਤੁਰ ਹੁੰਦਾ ਫੇਰ ਕਹੇਗੀ ਮੇਰੇ ਗੋਡੇ ਭਾਰੀ ਹੋ ਗਏ ਮੇਰੇ ਦੁਖਣ ਲੱਗ ਗਏ ਮੈਨੂੰ ਕਰ ਲੈਣ ਦੇ ਚਾਹ ਤੂੰ ਆਰਾਮ ਕਰ ਗੋਡੇ ਤਾਂ ਦੁਖਦੇ ਹੀ ਰਹਿਣਗੇ ਨਾਲੇ ਜੇ ਕੋਈ ਆਂਢਣ ਗਵਾਂਢਣ ਆ ਗਈ ਅਗਲਾ ਕੀ ਕਹੂਗਾ ਆਪ ਸੱਸ ਨੂੰਹਾਂ ਵਿਹਲੀਆਂ ਬੈਠੀਆਂ ਨੇ ਮੁੰਡਾ ਅੰਦਰ ਚਾਹ ਕਰਦਾ ਪੁੱਤ ਮੈਨੂੰ ਇਹ ਗੱਲ ਚੰਗੀ ਨਹੀਂ ਲੱਗਦੀ ਹੈਗੀ ਉਹ ਗਵਾਂਢਣ ਕਿਹੜੇ ਹੁਣੀ ਆਉਣ ਲੱਗੀ ਐ ਜੇ ਆ ਗਈ ਮੈਂ ਛੱਡ ਕੇ ਪਰੇ ਹੋ ਜੂ ਨਾਲੇ ਲੋਕਾਂ ਤੋਂ ਆਪਾਂ ਕੀ ਲੈਣਾ ਤੂੰ ਮੰਮੀ ਆਰਾਮ ਕਰ ਕਰ ਆਰਾਮ ਕਰ ਬਣਾ ਲੈਂਦੇ ਮੈਂ ਪੁੱਤ ਮੇਰੇ ਤਾਂ ਗੋਡੇ ਬਹੁਤ ਹੀ ਜ਼ਿਆਦਾ ਦੁਖਣ ਲੱਗ ਗਏ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਆਰਾਮ ਕਰ ਤੂੰ ਨਾ ਇਹ ਜਿਹੇ ਕੰਮ ਕਰਿਆ ਕਰ ਲੈ ਮੰਮੀ ਤੈਨੂੰ ਤਾਂ ਝੂਠ ਵੀ ਨਹੀਂ ਬੋਲਣਾ ਹੁੰਦਾ ਮੈਨੂੰ ਪਤਾ ਨਹੀਂ ਭਾਬੀ ਬਾਰੇ ਕਿਹੜਾ ਉਹਦਾ ਬੀ ਪੀ ਘਟਿਆ ਉਹਦਾ ਤਾਂ ਬੀ ਪੀ ਵੱਧਦਾ ਤੈਨੂੰ ਪਤਾ ਨਹੀਂ ਬਜ਼ੁਰਗ ਹੈਗੀ ਉਹ ਚਾਹ ਕਰਕੇ ਦੇ ਕਿੱਡੀ ਕੀ ਗੱਲ ਹੈਗੀ ਚੱਲ ਕੋਈ ਨਹੀਂ ਪਰਮਾਤਮਾ ਭਲੀ ਕਰੇ ਰਾਣੀ ਲੈ ਪੁੱਤ ਤੂੰ ਵੀ ਪੀ ਲਿਆ ਚਾਹ ਗੁਰਿੰਦਰ ਵੱਧ ਬਣਾ ਗਿਆ ਚਾਹ ਕਹਿੰਦਾ ਉਹ ਵੀ ਪੀ ਲੂਗੀ ਪੀ ਲੈ ਪੁੱਤ ਹਾਏ ਮੈਂ ਨਹੀਂ ਪੀਣੀ ਚਾਹ ਕੜੀ ਸੌਣ ਵੀ ਨਹੀਂ ਦਿੰਦੇ ਹੈਗੇ ਮੈਨੂੰ ਲੈ ਦੇਖੀ ਐਂ ਕਾਹਤੋਂ ਕਰਦੀ ਐਂ ਮੈਂ ਤਾਂ ਕਿਹਾ ਚੱਲ ਮੈਂ ਪੀਨੀ ਆ ਚਾਹ ਦੀ ਘੁੱਟ ਤੂੰ ਵੀ ਪੀ ਲੇਂਗੀ ਨਾਲੇ ਦੇਖੀ ਮੇਰਾ ਮਕਸਦ ਪੁੱਤ ਤੈਨੂੰ ਔਖਾ ਕਰਨਾ ਨਹੀਂ ਹੈਗਾ ਨਾ ਤੇਤੋਂ ਕੰਮ ਕਰਾਉਣ ਦਾ ਤੂੰ ਰਾਣੀ ਮੈਨੂੰ ਗਲਤ ਨਾ ਸਮਝ ਪੁੱਤ ਮੈਂ ਤਾਂ ਗੋਡਿਆਂ 'ਚ ਜ਼ਿਆਦਾ ਦਰਦ ਹੁੰਦਾ ਸੀ ਤਾਂ ਕਰਕੇ ਕਹਿਤਾ ਤੀ ਮੈਂ ਕਿਹਾ ਚੱਲ ਘੁੱਟ ਕੇ ਚਾਹ ਬਣਾਉਣੀ ਆ ਤੂੰ ਬਣਾ ਦੇ ਚੱਲ ਕੋਈ ਨਾ ਪੁੱਤ ਗੁੱਸਾ ਨਾ ਕਰਿਆ ਕਰ ਤੂੰ ਵੀ ਪੀ ਲੈ ਉਹਦੀ ਘੁੱਟ ਚਾਹ ਦੀ ਆਹੋ ਤੁਸੀਂ ਗਲਤ ਕਰੀ ਜਾਓ ਤੇ ਮੈਂ ਗਲਤ ਸਮਝਾਂ ਵੀ ਨਹੀਂ ਐਵੇਂ ਹੱਦ ਹੋ ਗਈ ਨਾ ਚਾਹ ਦੀ ਅੱਗ ਲੱਗੀ ਤੇ ਤਾਂ ਆਪੇ ਬਣਾ ਕੇ ਪੀ ਲੈਂਦੀ ਆਪਣੇ ਜੋਗੀ ਇਹ ਬਰਬਾਦੀ ਕਰਨ ਦੀ ਕੀ ਲੋੜ ਪਈ ਆ ਮੈਨੂੰ ਲੋੜ ਤੋੜੀ ਚਾਹ ਦੀ ਦੋਕਰੀ ਆਰਾਮ ਨਹੀਂ ਕਰਨ ਦਿੰਦੀ ਚੱਲ ਕੋਈ ਨਾ ਇੰਨਾ ਗੁੱਸਾ ਕਾਹਤੋਂ ਕਰਦੀ ਹੁੰਦੀ ਹੈ ਦੱਸ ਮਾੜੀ ਜਿਹੀ ਗੱਲ ਵਾਸਤੇ ਦੇਖੀ ਕਿਵੇਂ ਬੋਲਦੀ ਹੈ ਹਾਏ ਹਾਏ ਮੇਰਾ ਖੂਨ ਫੂਕ ਕੇ ਰੱਖਦਾ ਆ ਲੈ ਜਾ ਚਾਹ ਜੀ ਚੱਕ ਕੇ ਤੇ ਚੱਲ ਜਾ ਬਾਹਰ ਦਿਮਾਗ ਨਾ ਮੇਰਾ ਖਾ ਠੀਕ ਆ ਕਿਹਾ ਤਾ ਫੂਕ ਲੋ ਇਹਨੂੰ ਵੀ ਪੀ ਲਓ ਤੁਸੀਂ ਦੇਖੀ ਦੱਸ ਕੀ ਕਰਦੀ ਹੈ ਬਹੂ ਦਾ ਵੀ ਪਤਾ ਨਹੀਂ ਲੱਗਦਾ ਹੈਗਾ ਦੱਸ ਹੈ ਰੱਖ ਕਿਵੇਂ ਕਰਦੀ ਹੈ ਮੰਮੀ ਚਾਹ ਬਣਾ ਕੀ ਗੱਲ ਪੁੱਤ ਤੂੰ ਜਲਦੀ ਆ ਗਿਆ ਅੱਜ ਮੈਂ ਮੰਮੀ ਡਿਊਟੀ ਛੱਡਤੀ ਡਿਊਟੀ ਛੱਡਤੀ ਕਾਹਤੋਂ ਪੁੱਤ ਮੰਮੀ ਤੰਗ ਜਾ ਬਹੁਤ ਕਰਦੇ ਸੀ ਉਹ ਮੈਂ ਛੱਡਤੀ ਫਿਰ ਲੈ ਦੱਸ ਹੁਣ ਦੇਖੀ ਤੇਰੀ ਭਾਈ ਯਾਰ ਤੇਰਾ ਭਰਜਾਈ ਗੁੱਸੇ ਕਰਨਗੇ ਕੁਛ ਨਹੀਂ ਪਹਿਲਾਂ ਹੀ ਮਾਨ ਨਹੀਂ ਹੈਗੀ ਦੱਸ ਇਹ ਮੰਮੀ ਫੇਰ ਕਰ ਲੂੰਗੇ ਨੌਕਰੀ ਇਹ ਜੀ ਨੌਕਰੀ ਤੇ ਮਿੰਟ 'ਚ ਮਿਲ ਜਾਂਦੀ ਹੈਗੀ ਕਿੱਡੀ ਗੱਲ ਸੀ ਇਹ ਪੁੱਤ ਕਾਹਨੂੰ ਛੱਡਣੀ ਤੂੰ ਚਾੜਤਾ ਚੰਦ ਛੱਡਿਆ ਨੌਕਰੀ ਇਹ ਮੰਮੀ ਮੈਂ ਮਸਾਂ ਲਵਾਇਆ ਸੀਗਾ ਮਿੰਤਾਂ ਤਰਲੇ ਕਰਕੇ ਆ ਚਾੜਦਾ ਚੰਡ ਨੇ ਉਹ ਛੋਟੇ
ਮੈਨੇਜਰ ਤੱਕਾ ਕਰਦਾ ਸੀ ਮੇਰੇ ਨਾਲ ਮੇਰਾ ਕੰਮ ਛਡਵਾ ਕੇ ਮੈਨੂੰ ਸਫਾਈ ਕਰਾਉਂਦਾ ਸੀ ਮੈਂ ਸਫਾਈ ਥੋੜਾ ਕਰੂੰਗਾ ਹੁਣ ਉਹ ਤਾਂ ਜੱਗੀ ਤੂੰ ਉਹਦੀ ਗੱਲ ਤਾਂ ਸੁਣਦਾ ਨਾਲੇ ਉਹਨਾਂ ਦਾ ਕੀ ਸਫਾਈ ਕਰਾਉਣ ਦਾ ਮਤਲਬ ਕੰਮ ਤਾਂ ਇਹ ਕੀ ਲੱਗਿਆ ਵਾ ਉਹ ਕੀ ਕਰਾਉਂਦੇ ਨੇ ਇਹ ਮਾਂ ਮੇਰੀ ਇਹ 10 ਬੜੇ ਨੂੰ ਉਹ ਸਫਾਈ ਹੋ ਕਰਾਉਣਗੇ ਹੋਰ ਇਹਨੂੰ ਅਫਸਰ ਲਾਣਗੇ ਲਹਿ ਦੇਖ ਜੱਗੀ ਤੂੰ ਕਾਹ ਤੱਕਣ ਬੋਲਦਾ ਆਪਣੇ ਬੜੇ ਭਾਈ ਨੂੰ ਤੂੰ ਉਹਦੀ ਗੱਲ ਤਾਂ ਸੁਣ ਲੈ ਧਿਆਨ ਨਾਲ ਉਹਨਾਂ ਦੀ ਕੋਈ ਚੰਗੀ ਗੱਲ ਆ ਇਹ ਉਹ ਤਾਂ ਸਫਾਈ ਦਾ ਕੰਮ ਕਰਵਾਉਂਦੇ ਨੇ ਵਿਚਾਰੇ ਤੋਂ ਛੋਟੇ ਨਾਲੇ ਮੈਂ ਛੱਡੀ ਨਹੀਂ ਨੌਕਰੀ ਮੈਨੂੰ ਕੱਢਿਆ ਮੈਨੇਜਰ ਨੇ ਉਹਨੇ ਮੈਨੂੰ ਕਹਿੰਦਾ ਕਹਿੰਦਾ ਝਾੜੂ ਮਾਰਦੇ ਨੂੰ ਮਨਾ ਕਰਦੇ ਤੂੰ ਮਾਰ ਦਿੰਦਾ ਝਾੜੂ ਨਾ ਕੀ ਸੀ ਅਗਲਾ ਖਬਰ ਪਰਖਦਾ ਹੀ ਹੋਵੇ ਤੈਨੂੰ ਲਹਿ ਪੁੱਤ ਐਂ ਕਾ ਤੋ ਬੋਲਦਾ ਤੂੰ ਜੇ ਨੌਕਰੀ ਆ ਤਾਂ ਮਾ ਤਾਂ ਫਿਰ ਨਖਰਾ ਕੀ ਆ ਜੇ ਨੌਕਰੀ ਉਹ ਲਵਾਤਾ ਮੈਨੂੰ ਐ ਸੀ ਵੀ ਚਾਰ ਪੈਸੇ ਆਉਣਗੇ ਘਰੇ ਵੀ ਆਪਣਾ ਰੋਟੀ ਟੋਕ ਕਰ ਲਿਆ ਕਰੂਗਾ ਪੁੱਤ ਤੇਰਾ ਬੜਾ ਭਾਈ ਆ ਤੂੰ ਐਂ ਕਾ ਤੋ ਬੋਲਦਾ ਤੈਨੂੰ ਪੜਾਉਣ ਲਿਖਾਉਣ ਦੇ ਚੱਕਰ 'ਚ ਇਹ ਆਪ ਵਿਚਾਰਾ 10 ਪੜਿਆ ਪੜਾਈ ਛੱਡ ਕੇ ਤੇਰੀ ਪੜਾਈ ਦਾ ਇੰਤਜ਼ਾਮ ਕਰਨ ਲੱਗ ਗਿਆ ਵੀ ਮੇਰਾ ਛੋਟਾ ਭਾਈ ਪੜ ਲਿਖ ਕੇ ਕੋਈ ਚੱਜ ਦੀ ਨੌਕਰੀ ਲੱਗ ਜੂ ਨਾਲੇ ਪੁੱਤ ਤੇਰੀ ਤਾਂ ਹੁਣ ਸਰਕਾਰੀ ਨੌਕਰੀ ਹੈ ਹੈ ਤੂੰ ਐਂ ਤਾਂ ਸੋਚ ਕੁਛ ਤੇਰਾ ਭਾਈ ਤੈਨੂੰ ਕਿੰਨਾ ਪਿਆਰ ਕਰਦਾ ਤੂੰ ਇੱਜ਼ਤ ਨਾਲ ਨਹੀਂ ਬੋਲ ਸਕਦਾ ਕਿਵੇਂ ਉਹਨੂੰ ਭੱਜ ਭੱਜ ਪੈਣਾ ਇੱਕ ਉਹਨਾਂ ਨੇ ਉਹ ਦੁਖੀ ਕਰਕੇ ਕੱਢਤਾ ਉੱਥੋਂ ਕੀ ਕਰੇ ਵਿਚਾਰਾ ਉਹ ਨਾ ਮੰਮੀ ਤੂੰ ਤਾਂ ਮਿਲਣੇ ਹੀ ਮਾਰਨ ਲੱਗ ਗਈ ਨਾ ਵੱਡੇ ਛੋਟਿਆਂ ਦਾ ਕਰਦੇ ਹੀ ਹੁੰਦੇ ਹੈਗੇ ਇਹ ਤਾਂ ਰੀਤ ਚੱਲੀ ਆਈ ਹੈ ਨਾ ਵੱਡੇ ਨਹੀਂ ਕਰਨਗੇ ਤਾਂ ਹੋਰ ਕੌਣ ਕਰੇਗਾ ਤੇ ਵੀ ਤਾਂ ਚੱਕ ਰਹੀ ਹੈ ਘਰ ਦਾ ਖਰਚਾ ਨਾਲੇ ਤੁਹਾਨੂੰ ਤਾਂ ਲੱਗਦਾ ਵੀ ਜੱਗੀ ਸਰਕਾਰੀ ਨੌਕਰੀ ਲੱਗਾ ਇਹੀ ਸਾਰੇ ਘਰ ਦਾ ਖਰਚਾ ਕਰੂੰਗਾ ਨਾ ਫੇਰ ਕੀ ਹੋ ਗਿਆ ਜੇ 10 ਪੜਿਆ 10 ਪੜੇ ਮੈਨੂੰ ਕੰਮ ਨਹੀਂ ਮਿਲਦਾ ਹੈਗਾ ਮੰਮੀ ਗੱਲਾਂ ਨਾਲ ਨਹੀਂ ਗੁਜ਼ਾਰਾ ਹੋਣਾ ਹੈਗਾ ਇੱਥੇ ਨਾਲੇ ਫ੍ਰੀ ਦਾ ਲੰਗਰ ਨਹੀਂ ਲੱਗਾ ਕਿ ਖਾਈ ਜਾਓ ਕੰਮ ਤਾਂ ਕਰਨਾ ਹੀ ਪੈਣਾ ਜੇ ਰੋਟੀ ਟੁੱਕ ਖਾਣਾ ਤੁਹਾਨੂੰ ਮੈਂ ਬਿੱਲੇ ਬੈਠੇ ਨੂੰ ਖਿਲਾਈ ਚੱਲੋ ਇੱਥੇ ਇਹ ਭਾਬੀ ਤੂੰ ਕਾਹਨੂੰ ਟੈਨਸ਼ਨ ਲਈ ਜਾਂਦੀ ਹੈ ਨੌਕਰੀ ਹੈ ਮੈਂ ਹੋਰ ਕਰ ਲੂੰਗਾ ਇਹੋ ਜਿਹੇ ਨੌਕਰੀ ਦੇ ਮਿੰਟ ਮਿੰਟਾਂ ਮਿਲਦੀਆਂ ਹੈਗੀਆਂ ਚੱਲ ਠੀਕ ਹੈ ਮੰਮੀ ਚੰਗਾ ਮੈਂ ਰੋਟੀ ਵੀ ਬਾਹਰੇ ਖਾ ਲੂੰ ਲੈ ਆ ਆਕੜਾਂ ਇਹਦੀਆਂ ਨੇ ਮਿੰਟ ਮਿੰਟ ਬਾਅਦ ਨੌਕਰੀ ਮੈਂ ਦੀ ਫਿਰ ਲੱਭ ਲੈਂਦਾ ਮੈਂ ਕਿਸੇ ਦੀ ਉਹੀ ਮਿੰਤਾਂ ਕਰੀ ਗਿਆ ਇੱਥੇ ਪੁੱਤ ਤੇਰਾ ਬੜਾ ਭਾਈ ਹੈ ਤੂੰ ਚੁੱਪ ਕਰ ਜਾ ਮੱਤ ਤਾਂ ਕੀ ਦੇਣੀ ਉਲਟਾ ਸਾਥ ਦੇ ਰਹੀ ਉਹਦੀ ਗਲਤੀ ਦੇ ਵਿੱਚ ਕਿਹੇ ਜੀ ਮਾਂ ਇਹ ਇਹਦਾ ਮਾਤਾ ਦਾ ਬਸ ਉਹਦੇ ਨਾਲੇ ਰਲੀ ਹੋਈ ਹੈ ਇਹ ਲੈ ਦੱਸ ਮੈਂ ਕੀ ਸਾਥ ਦੇਤਾ ਉਹਦਾ ਵਿਚਾਰੇ ਦਾ ਤੁਹਾਨੂੰ ਤਾਂ ਬਸ ਮੌਕਾ ਚਾਹੀਦਾ ਬੋਲਣ ਦਾ ਪਿੱਛੇ ਪੈ ਜਾ ਕਰ ਉਹਦੇ ਨਾ ਅਸੀਂ ਤੁਹਾਨੂੰ ਕੀ ਸੁਣਾਤਾ ਮੈਂ ਤਾਂ ਸੱਚ ਬੋਲਿਆ ਹੁਣ ਜੇ ਸੱਚ ਤੁਹਾਨੂੰ ਕੋੜਾ ਲੱਗਾ ਨਾ ਇੱਥੇ ਮੈਂ ਕੀ ਕਰਾਂ ਰਾਣੀ ਤੂੰ ਆ ਜਾ ਇਹਨਾਂ ਨਾਲ ਮੱਥਾ ਨਾ ਲਾ ਮਸਾਂ ਕੰਮ ਤੇ ਲਵਾਇਆ ਸੀ ਗੱਲ ਸੁਣੋ ਜੀ ਮੇਰੀ ਇੱਕ ਤੁਸੀਂ ਮੈਂ ਕਹਿੰਦੀ ਅਸੀਂ ਵੱਖ ਹੋ ਜਾਂਦੇ ਹਾਂ ਮੇਰੇ ਤੋਂ ਨਹੀਂ ਸਟੱਬਰ ਨਾ ਰਹਿ ਹੁੰਦਾ ਹੈਗਾ ਆ ਮੰਮੀ ਤੋਂ ਤਾਂ ਆਪਣੀ ਚਾਹ ਤੱਕ ਨਹੀਂ ਬਣਦੀ ਹੈਗੀ ਇਹ ਹੁਣ ਇਹ ਬੈਠ ਗਿਆ ਵਿਹਲਾ ਰੋਟੀਆਂ ਪਕਾਉਣ ਨੂੰ ਮਨ ਤਾਂ ਇਹ ਨਹੀਂ ਸਮਝ ਆਉਂਦਾ ਮਿਸ ਕਰਦੀ ਨੂੰ ਇੱਕ ਨੌਕਰਾਣੀ ਰਾਣੀ ਥੋੜ੍ਹਾ ਠੰਡੇ ਦਿਮਾਗ ਨਾਲ ਕੰਮ ਤਾਂ ਲੈ ਨਾ ਕੀ ਠੰਡੇ ਦਿਮਾਗ ਨਾਲ ਕੰਮ ਲਵਾਂ ਰੋਟੀ ਖਾਣ ਦਾ ਇਹਦਾ ਟਾਈਮ ਨਹੀਂ ਹੈਗਾ ਸਵੇਰ ਦੀ ਰੋਟੀ 11 ਵਜੇ ਖਾਂਦਾ ਦੁਪਹਿਰ ਦੀ ਰੋਟੀ 4 ਵਜੇ ਖਾਂਦਾ ਮੈਂ ਤੇ ਇਹਦੀ ਰੋਟੀ ਟੁੱਕ ਜੋਗੀ ਰਹਿ ਗਈ ਓਹੋ ਤੂੰ ਮਾੜੀ ਨਾ ਅਕਲ ਨੂੰ ਹੱਥ ਮਾਰਿਆ ਕਰ ਤੂੰ ਅੱਡ ਅੱਡ ਤਾਂ ਕਰੀ ਜਾਂਦੀ ਆ ਜੇ ਅੱਡ ਹੋ ਗਿਆ ਆਪਣਾ ਕੱਖ ਨਹੀਂ ਰਹਿਣਾ ਨਾ ਕਿਉਂ ਕੱਖ ਨਹੀਂ ਰਹਿਣਾ ਹੈਗਾ ਸਰਕਾਰੀ ਨੌਕਰੀ ਤੁਸੀਂ ਲੱਗੇ ਹੋਏ ਹੋ ਇੱਥੇ ਪੂਰੇ ਟੱਬਰ ਦਾ ਖਰਚਾ ਚੱਕ ਰਹੇ ਹੋ ਉੱਥੇ ਸਾਡਾ ਦੋਹਾਂ ਦਾ ਤੂੰ ਸਿਰਫ ਸਰਕਾਰੀ ਨੌਕਰੀ ਦਾ ਪੈਸਾ ਹੀ ਦੇਖ ਲਿਆ ਤੈਨੂੰ ਇੰਨਾ ਪਤਾ ਵਾ ਵੀ ਕਿੱਡਾ ਵੱਡਾ ਨੁਕਸਾਨ ਹੋਣਾ ਆ ਬਾਈ ਆ ਡੇਢ ਕਿੱਲਾ ਜ਼ਮੀਨ ਦਾ ਆਉਂਦਾ ਅਤੇ ਜ਼ਮੀਨ ਵੀ ਰੋਡ 'ਤੇ ਆ ਕੱਲ੍ਹ ਕਲਾਂ ਨੂੰ ਜੇ ਕਲੋਨੀ ਕੱਟੀ ਗਈ ਤਾਂ ਕਰੋੜਾਂ ਦੀ ਤਾਂ ਜ਼ਮੀਨ ਆ ਅਤੇ ਬਾਈ ਜੇ ਅਲੱਗ ਕਰਦੀ ਆ ਤੂੰ ਤਾਂ ਘਰ ਦੇ ਵਿੱਚੋਂ ਵੀ ਹਿੱਸਾ ਜਾਂਦਾ ਅੱਧਾ ਘਰ ਵੀ ਜਾਊਗਾ ਤੈਨੂੰ ਪਤਾ ਘਰ ਦੀ ਕੀਮਤ ਕਿੰਨੀ 70 ਲੱਖ ਰੁਪਈਆ ਹੈਗੀ ਮੈਂ ਤਾਂ ਇਸ ਘਰ ਦੀ ਰੋਡ 'ਤੇ ਮਕਾਨ ਬਣਿਆ ਹੋਇਆ ਜੇ ਅਲੱਗ ਹੋ ਗਈ ਤਾਂ 35 ਲੱਖ ਤੋਂ ਜਾਏਂਗੀ ਤੂੰ ਮਾੜਾ ਮੋਟਾ ਅਕਲ ਨੂੰ ਖਰਚ ਮਾਰ ਨਾਲੇ ਹੋਰ ਤਾਂ ਹੋਰ ਜੇ ਉਹ ਅਲੱਗ ਹੋ ਗਿਆ ਵਿਆਹ ਕਰਾ ਲਿਆ ਉਹਨੇ ਤਾਂ ਜਮਾਂ ਹੀ ਹੱਥ ਧੋ ਕੇ ਬਹਿ ਜਾਏਗੀ ਮੈਂ ਕੀ ਕਰਾਂ ਮੇਰੇ ਤੋਂ ਨੀਂਦੇ ਨਾਲ ਕੱਟੀ ਜਾਂਦੀ ਹੈਗੀ ਨਾਲੇ ਜੇ ਕੱਲ੍ਹ ਨੂੰ ਜ਼ਮੀਨ ਮਹਿੰਗੀ ਵਿਕੀ ਤਾਂ ਸਾਰੇ ਪੈਸੇ ਆਪਾਂ ਨੂੰ ਹੀ ਆਉਣੇ ਨੇ ਆਪਾਂ ਹੀ ਰਾਜ ਕਰਨਾ ਨਾਲੇ ਉਹ 10 ਬੜਿਆ ਹੋਇਆ ਉਹਨੂੰ ਇੰਨਾ ਕੀ ਹਿਸਾਬ ਕਿਤਾਬ ਦਾ ਪਤਾ ਵਾ ਨਾ ਉਹਦਾ ਵਿਆਹ ਹੋਣਾ ਇੰਨੀ ਉਮਰ ਹੋਈ ਪਈ ਆ ਆ ਮਾਂ ਨੇ ਬੁੱਢਾ ਕਰ ਲਿਆ ਤੂੰ ਮਾੜਾ ਮੋਟਾ ਸੋਚਿਆ ਕਰ ਆਹ ਤਾਂ ਮੈਂ ਸੋਚਿਆ ਹੀ ਨਹੀਂ ਸੀਗਾ ਤੁਹਾਡਾ ਕਿੱਡਾ ਵੱਡਾ ਨੁਕਸਾਨ ਹੋ ਜਾਣਾ ਚਲੋ ਕੋਈ ਨਾ ਹੁਣ ਜਿੱਦਾਂ ਤੁਸੀਂ ਕਹਿੰਦੇ ਹੋ ਮੈਂ ਉੱਦਾਂ ਹੀ ਕਹਿਣਾ ਮੰਨੂੰਗੀ ਸਾਰ ਲੈਂਦੀ ਹਾਂ ਔਖਾ ਸੌਖਾ ਇਹਦੇ ਨਾਲ ਜਾਂ ਚਾਹ ਬਣਾ ਕੇ ਲੈ ਕੇ ਠੀਕ ਹੈ ਕੱਪੜੇ ਤਾਂ ਸੁੱਕ ਗਏ ਸ਼ੁਕਰ ਕੀ ਕਰਦੇ ਹੋ ਭੈਣੇ ਨਹੀਂ ਆ ਜਾ ਭੈਣੇ ਕੀ ਕਰਨਾ ਬਸ ਕੱਪੜੇ ਸੁੱਕ ਗਏ ਤੇ ਮੈਂ ਕਿਹਾ ਤਾਂ ਐਂ ਲਗਾ ਦਾਂ ਬਹਿ ਜਾ ਭੈਣੇ ਲੈ ਲੈ ਚੇਅਰ ਹੋਰ ਬੱਚੇ ਕਿੱਥੇ ਗਏ ਬੱਚੇ ਬਸ ਨੂੰਹ ਔਰ ਪੁੱਤ ਭੈਣੇ ਗਏ ਸ਼ਹਿਰ ਕਿਉਂ ਕੰਮ ਜਾਤੀ ਕਹਿੰਦੇ 2-4 ਸਮਾਨ ਜਿਹਾ ਲੈ ਕੇ ਆਉਣ ਵਾਲਾ ਸੀ ਬਹੂ ਨੇ ਆਪਣਾ ਅੱਛਾ ਬੜਾ ਵਿਚਾਰੇ ਨੂੰ ਉਹਨੂੰ ਛੁੱਟੀ ਨਹੀਂ ਹੈਗੀ ਉਹਦਾ ਕੰਮ ਪ੍ਰਾਈਵੇਟ ਹੈ ਉਹਨੂੰ ਤਾਂ ਰੋਜ਼ ਜਾਣਾ ਪੈਂਦਾ ਨਹੀਂ ਅੱਜ ਤਾਂ ਐਤਵਾਰ ਸੀ ਨਹੀਂ ਭੈਣੇ ਉਹਨੂੰ ਨਹੀਂ ਛੁੱਟੀ ਹੈਗੀ ਕੋਈ ਉਹ ਤਾਂ ਰੋਜ਼ ਹੀ ਜਾਂਦਾ ਨੂੰਹ ਰਾਣੀ ਵੀ ਗਈ ਹੋਈ ਹੈ ਤੈਨੂੰ ਪਤਾ ਸਾਰਾ ਦਿਨ ਬਹੂਆਂ ਕਦਾ ਕੰਮ ਕਿੱਥੇ ਮੁੱਕਦਾ
ਤੇਰੀ ਵੀ ਨੂੰ ਬੁੜ ਬੁੜ ਕਰਦੀ ਆ ਹੋਰ ਭੈਣੇ ਮੈਂ ਤਾਂ ਕਹਾਂ ਕਿਤੇ ਸਾਡੇ ਵਾਲੀ ਉਹ ਨਹੀਂ ਮਾਨ ਨਹੀਂ ਭੈਣੇ ਸਾਰੀਆਂ ਇਦਾਂ ਦੀ ਅੱਜ ਕੱਲ ਦੱਸ ਭੈਣੇ ਸਾਡੇ ਵਾਲੀ ਦੀ ਤਾਂ ਮੈਂ ਤੈਨੂੰ ਕੁਛ ਦੱਸ ਨਹੀਂ ਸਕਦੀ ਸਾਰਾ ਦਿਨ ਵੱਡੂ ਖਾਓ ਮੈਂ ਤਾਂ ਭੈਣੇ ਚੁੱਪ ਕਰਕੇ ਟਾਈਮ ਕੱਟਦੀ ਆ ਬਸ ਚੁੱਪ ਕਰਕੇ ਕੱਟਣਾ ਕਾਹਨੂੰ ਕਲੇਸ਼ ਕਰਨਾ ਪਤਾ ਨੀ ਕੀ ਉੱਠਣ ਸਾਰ ਭਰਿੰਡਾਂ ਖਾ ਕੇ ਉੱਠਦੀ ਆ ਦੇਖ ਲੈ ਬਹਾਨਾ ਭਾਲਦੀ ਆ ਵੀ ਕਰ ਮਾਂ ਪੁੱਤਾਂ ਨੂੰ ਇਹਨਾਂ ਨੂੰ ਢਾਲਮਾ ਲੜ ਲੜ ਕੇ ਕਰ ਢਾਲਮਾ ਕੀ ਕਰਾਂ ਦੱਸ ਕੀ ਕਰੀਏ ਟਾਈਮ ਤਾਂ ਕੱਟਣਾ ਹੀ ਆ ਹੁਣ ਕੱਟਣਾ ਹੀ ਆ ਕੀ ਕਰੀਏ ਕੀ ਕਰਾਂ ਭੈਣੇ ਮੈਂ ਤਾਂ ਕਿਸੇ ਨੂੰ ਦੱਸਦੀ ਨਹੀਂ ਡਰਦੀ ਮਾਰੀ ਇੱਕ ਤਾਂ ਮੇਰੇ ਗੋਡੇ ਬਹੁਤੇ ਦੁਖਦੇ ਨੇ ਇੱਕ ਦੇਖ ਲੈ ਸਾਰਾ ਕੰਮ ਮੈਨੂੰ ਕਰਨਾ ਪੈਂਦਾ ਡੱਕਾ ਨਹੀਂ ਤੋੜਦੀ ਕੰਮ ਦਾ ਤੁਸੀਂ ਵੱਡੇ ਮੁੰਡੇ ਦਾ ਵਿਆਹ ਕਰ ਲਓ ਗੁਰਿੰਦਰ ਦਾ ਭੈਣੇ ਕੀ ਕਰਾਂ ਸਗੋਂ ਦੋਵੇਂ ਕੰਮ ਵੰਡ ਕੇ ਕਰ ਲਿਆ ਕਰਨਗੀਆਂ ਨਾਲੇ ਤੁਹਾਡੀ ਲੜਾਈ ਖਤਮ ਹੋ ਜੂਗੀ ਇਹ ਤਾਂ ਤੇਰੀ ਗੱਲ ਠੀਕ ਹੈ ਭੈਣੇ ਪਰ ਉਹਨੇ ਤਾਂ ਮੁੰਡਾ ਵੀ ਮਗਰ ਲਾਇਆ ਪਿਆ ਮੇਰੀ ਨਹੀਂ ਸੁਣਦਾ ਛੋਟਾ ਮੁੰਡਾ ਉਸੇ ਦੀ ਗੱਲ ਸੁਣਦਾ ਸਾਰੀ ਕੀ ਕਰਾਂ ਹਰ ਕੇ ਕਲੇਸ਼ ਤੋਂ ਡਰਦੀ ਚੁੱਪ ਕਰੀ ਰਹਿੰਦੀ ਹੈ ਆਪੇ ਕਰੀ ਜਾਂਦੀ ਹਾਂ ਹੌਲੀ ਹੌਲੀ ਜਿਹਾ ਜਿਹਾ ਹੁੰਦਾ ਕਹਿੰਦੀ ਹੈ ਭੈਣੇ ਤਾਂ ਖਾਣ ਨੂੰ ਪੈਂਦੀ ਹੈ ਜੇ ਕੋਈ ਤੇਰੇ ਕੋਲ ਹੈਗਾ ਰਿਸ਼ਤਾ ਕਰਾ ਦੇ ਭੈਣੇ ਫਿਰ ਫਿਰ ਰਿਸ਼ਤਾ ਭੈਣ ਜੀ ਹੋਰ ਭੈਣੇ ਕਰਾ ਦੇ ਜੇ ਕੋਈ ਹੈਗਾ ਕੋਈ ਨਾ ਤਾਂ ਮੇਰੇ ਰਿਸ਼ਤੇਦਾਰ ਜੀ ਕੋਈ ਕੁੜੀ ਹੈਗੀ ਆ ਅੱਛਾ ਫਿਰ ਜੇ ਤੁਸੀਂ ਕਹੋ ਤਾਂ ਮੈਂ ਗੱਲ ਤੋਰਾਂ ਭੈਣੇ ਤਾਂ ਬਾਲਾ ਵਧੀਆ ਹੋ ਗਿਆ ਤੋਰ ਲੈ ਗੱਲ ਤੂੰ ਠੀਕ ਹੈ ਦੇਖੀ ਮੁੰਡਾ ਤਾਂ ਮੇਰਾ ਬਹੁਤਾ ਹੀ ਸਾਊ ਹੈ ਬੇਚਾਰਾ ਭੋਲ ਹੈ ਬੜਾ ਮੁੰਡਾ ਠੀਕ ਹੈ ਠੀਕ ਠੀਕ ਹੋਰ ਬਹੁਤਾ ਪੁੰਨ ਦਾ ਕੰਮ ਹੋ ਜੂਗਾ ਤੇਰਾ ਤਾਂ ਜੇ ਮੇਰੇ ਮੁੰਡੇ ਦਾ ਘਰ ਬਸ ਜੂਗਾ ਚੰਗਾ ਭੈਣੇ ਮੈਂ ਚੱਲਦੀ ਹਾਂ ਫਿਰ ਤੋਰਦੀ ਹਾਂ ਗੱਲ ਹਾਂ ਭੈਣੇ ਗੱਲ ਤਾਂ ਤੂੰ ਤੋਰ ਲਈ ਪਰ ਮੇਰੀ ਗੱਲ ਸੁਣ ਦੇਖੀ ਇੱਕ ਗੱਲ ਆ ਸਾਰੀ ਖੋਲ ਲਈ ਆਪਾਂ ਨੇ ਕਿਸੇ ਨਾਲ ਝੂਠ ਮੂਠ ਨਹੀਂ ਬੋਲਣਾ ਭੈਣੇ ਇੱਕ ਤਾਂ ਗੁਰਿੰਦਰ ਦੀ ਉਮਰ ਵੀ ਜ਼ਿਆਦਾ ਹੈ ਇੱਕ ਪ੍ਰਾਈਵੇਟ ਕੰਮ ਹੈ ਉਹਦਾ ਕੋਈ ਨੀ ਜਦ ਮੈਂ ਗੱਲ ਤੋਰ ਲਈ ਨਾ ਹੋ ਜੂਗਾ ਰਿਸ਼ਤਾ ਘਬਰਾਓ ਨਾ ਤੁਸੀਂ ਕੁੜੀ ਵਾਲਿਆਂ ਨੂੰ ਦੱਸ ਦੀ ਸਾਰੀ ਗੱਲ ਖੋਲ ਕੇ ਦੱਸ ਦੂੰਗੀ ਮੈਂ ਦੱਸ ਦੂੰਗੀ ਠੀਕ ਹੈ ਚੱਲ ਚੰਗਾ ਭੈਣੇ ਓਕੇ ਜੇ ਕਰ ਦਵੇਂ ਆਹ ਕੰਮ ਵਧੀਆ ਹੀ ਹੋ ਜਾਵੇ ਮੇਰੇ ਪੁੱਤ ਦਾ ਘਰ ਵੀ ਵੱਜ ਜੇ ਵਿਚਾਰੇ ਦਾ ਹੋਰ ਗੁਰਮੀਤ ਗਵਾਂਢਣ ਆਈ ਤੀ ਸਿੰਦੋ ਉਹ ਕਹਿੰਦੀ ਮੈਂ ਗੁਰੀ ਨੂੰ ਰਿਸ਼ਤਾ ਕਰਾ ਦੇਣੀ ਹੈ ਮੈਂ ਕਿਹਾ ਭੈਣੇ ਚੱਲ ਇਹਦੇ ਨਾਲ ਵਧੀਆ ਕੰਮ ਤਾਂ ਫਿਰ ਹੋਰ ਕੀ ਹੈ ਜੇ ਕਰਵਾ ਸਕਦੇ ਹਾਂ ਕਰਾ ਦੇ ਮੇਰਾ ਤਾਂ ਮਨ ਖੁਸ਼ ਹੋ ਗਿਆ ਹੋਰ ਨਾਲ ਤਾਂ ਮੁੰਡੇ ਦਾ ਘਰ ਵੱਸ ਜੂਗਾ ਭੈਣੇ ਹੋਰ ਭੈਣੇ ਮੈਂ ਤੈਂ ਕਹਿੰਦੀ ਸੀ ਮੈਂ ਤਾਂ ਆਪ ਬਿਮਾਰ ਰਹਿੰਦੀ ਹਾਂ ਗੋਡੇ ਬਹੁਤੇ ਦੁਖਦੇ ਨੇ ਮੁੰਡੇ ਦਾ ਰਿਸ਼ਤਾ ਹੋ ਜੂਗਾ ਮੈਨੂੰ ਵੀ ਬੇਫਿਕਰੀ ਹੋ ਜੂਗੀ ਉਹ ਮੰਮੀ ਕਿਹਦੇ ਰਿਸ਼ਤੇ ਦੀ ਗੱਲ ਕਰਦੇ ਹੋ ਚੰਗਾ ਭੈਣੇ ਮੈਂ ਫੇਰ ਕਰ ਦੂੰਗੀ ਚੰਗਾ ਕਿਹਦੇ ਰਿਸ਼ਤੇ ਦੀ ਗੱਲ ਕਰਦੇ ਆ ਬੇ ਪੁੱਤ ਗੁਰਿੰਦਰ ਮੈਂ ਤਾਂ ਤੇਰੇ ਰਿਸ਼ਤੇ ਮੇਰਾ ਰਿਸ਼ਤਾ ਤੁਸੀਂ ਵੀ ਮਜ਼ਾਕ ਕਰੀ ਜਾਂਦੇ ਹੋ ਉਹੀ ਬੇ ਪੁੱਤ ਨਹੀਂ ਮਜ਼ਾਕ ਨਹੀਂ ਮੈਂ ਕਰਦੀ ਆ ਤੇਰੀ ਚਾਚੀ ਆ ਕੇ ਗਈ ਆ ਸ਼ਿੰਦੋ ਗਵਾਂਢਣ ਆਪਣੀ ਕਹਿੰਦੀ ਸਾਡੇ ਰਿਸ਼ਤੇਦਾਰੀ 'ਚ ਕੋਈ ਕੁੜੀ ਹੈਗੀ ਹੈ ਮੈਂ ਦੇਖਦੀ ਹਾਂ ਗੱਲ ਕਰਕੇ ਖਬਰ ਪੁੱਤ ਬਣੇ ਜਾਵੇ ਕੰਮ ਓ ਮੰਮੀ ਮੇਰੀ ਉਮਰ ਤਾਂ ਦੇਖ ਲੈ ਬੁੜਾ ਹੋ ਗਿਆ ਮੈਂ ਮੈਨੂੰ ਕੁੜੀ ਕਿਹਨੇ ਦੇਣੀ ਹੈ ਹੁਣ ਪੁੱਤ ਮੈਂ ਉਹਨੂੰ ਸਾਰੀ ਗੱਲ ਦੱਸਦੀ ਤੇਰੀ ਚਾਚੀ ਨੂੰ ਵੀ ਭਾਈ ਆ ਕੁੜੀ ਵਾਲਿਆਂ ਨੂੰ ਮੁੰਡੇ ਦੀ ਉਮਰ ਵੀ ਦੱਸਦੀ ਉਹਦੇ ਕੰਮ ਬਾਰੇ ਵੀ ਦੱਸਦੀ ਆਪਾਂ ਪੁੱਤ ਬੇਈਮਾਨੀ ਨਹੀਂ ਕਿਸੇ ਨਾਲ ਕਰਨੀ ਓ ਮਾਂ ਮੇਰੀ ਏ ਇੱਕ ਤਾਂ ਤੇਰੇ ਨਾਲ ਸਹੀ ਨਹੀਂ ਰਹਿੰਦੀ ਤੈਨੂੰ ਪੁੱਛਦੀ ਨਹੀਂ ਹੈਗੀ ਦੂਈ ਨੇ ਆਉਣਾ ਦੋਵਾਂ ਨੇ ਗੱਠਜੋੜ ਕਰ ਲੈਣਾ ਤੇਰੀ ਜਮੇ ਕਦਰ ਨਹੀਂ ਹੋਣੀ ਵੀ ਚੱਲ ਕੋਈ ਨਾ ਪੁੱਤ ਨਾਲੇ ਹੁਣ ਆਹ ਰਾਣੀ ਵੀ ਸਾਰਾ ਦਿਨ ਖਿਜੀ ਰਹਿੰਦੀ ਹੈ ਕਹਿੰਦੀ ਮੈਨੂੰ ਕੰਮ ਕਰਨਾ ਪੈਂਦਾ ਸਾਰਾ ਨਾਲੇ ਪੁੱਤ ਉਹ ਕੰਮ ਘੱਟ ਕਰਦੀ ਹੈ ਮੈਂ ਕਰਦੀ ਹਾਂ ਸਾਰਾ ਕੰਮ ਤੈਨੂੰ ਤਾਂ ਮੈਂ ਦੱਸਦੀ ਨਹੀਂ ਜ਼ਿਆਦਾ ਨਾਲੇ ਉਹਨੂੰ ਮਦਦ ਮਿਲ ਜੂਗੀ ਦੋਏ ਰਲ ਮਿਲ ਕੇ ਕਰ ਲਿਆ ਕਰਨਗੀਆਂ ਉਹ ਮੰਮੀ ਸਾਰਾ ਪਤਾ ਮੈਨੂੰ ਵੀ ਕੌਣ ਕੰਮ ਕਰਦਾ ਮੈਂ ਤਾਂ ਹੀ ਕਹਿਣਾ ਜੇ ਦੂਜੀ ਆਊਗੀ ਦੋਵਾਂ ਨੇ ਗੱਠਜੋੜ ਕਰ ਲੈਣਾ ਤੁਹਾਨੂੰ ਅੱਖਾ ਹੋ ਜਾਣਾ ਫੇਰ ਮੈਂ ਜੈ ਨੂੰ ਖਾਣ ਕਰੀ ਜਾਣ ਗੱਠਜੋੜੇ ਤੇਰਾ ਤਾਂ ਘਰ ਵੱਸ ਜੂ ਪੁੱਤ ਮੈਨੂੰ ਤਾਂ ਬੇਫਿਕਰੀ ਹੋ ਜੂਗੀ ਜੇ ਮੈਨੂੰ ਕੱਲ ਨੂੰ ਕੁਛ ਹੋ ਗਿਆ ਤੂੰ ਰੋਟੀ ਕਿੱਥੋਂ ਖਾਵੇਂਗਾ ਏ ਮੰਮੀ ਤੁਸੀਂ ਕਿਉਂ ਚੱਲੇ ਹੋਏ ਐ ਰੋਟੀ ਪਾਣੀ ਤੁਸੀਂ ਮੈਨੂੰ ਦੇਈ ਜਾਂਦੇ ਵਧੀਆ ਕਿਉਂ ਕਿਆ ਨਹੀਂ ਪੁੱਤ ਤੇਰੀ ਜ਼ਿੰਦਗੀ ਦਾ ਸਵਾਲ ਹੈ ਪੁੱਤ ਬਗਾਨੀ ਧੀ ਆ ਜੂਗੀ ਤੇਰਾ ਘਰ ਵੱਸ ਜੂਗਾ ਲੈ ਜੱਗੀ ਹੋਣੀ ਵੀ ਆ ਗਏ ਕੀ ਗੱਲ ਚੱਲਦੀ ਹੈ ਬਹਿ ਜਾ ਪੁੱਤ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਹੈ ਕੀ ਗੱਲ ਕਰਨੀ ਹੈ ਦੇਖੀ ਤੇਰੀ ਚਾਚੀ ਆ ਕੇ ਗਈ ਹੈ ਸ਼ਿੰਦੋ ਕਹਿੰਦੀ ਮੈਂ ਗੁਰਿੰਦਰ ਦਾ ਰਿਸ਼ਤਾ ਕਰਾ ਦੇਣੀ ਹੈ ਨਹੀਂ ਪੁੱਤ ਮੈਂ ਉਹਨੂੰ ਸਾਰੀ ਗੱਲ ਖੋਲ ਕੇ ਦੱਸਦੀ ਪਹਿਲਾਂ ਵੀ ਕੁੜੀ ਵਾਲਿਆਂ ਨੂੰ ਉਮਰ ਵੀ ਦੱਸਦੀ ਭਾਈ ਉਹਦੇ ਪ੍ਰਾਈਵੇਟ ਕੰਮ ਬਾਰੇ ਵੀ ਦੱਸਦੀ ਮਾਤਾ ਤੂੰ ਤਾਂ ਘਰੇ ਛੇਤਰ ਖਾਣੀ ਖਾਣੀ ਆ ਬਗਾਨੀ ਧੀ ਲਿਆ ਕੇ ਤੇ ਉਹਦੇ ਕੋਲੋਂ ਵੀ ਖਾਣੀਆਂ ਨੇ ਕੰਮ ਇਹ ਕਰਦਾ ਨਹੀਂ ਹੈਗਾ ਡੱਕੇ ਦਾ ਵੀ
ਤੇਰਾ ਬੜਾ ਭਾਈ ਆ। ਇਹ ਤੋਂ ਆਪਣਾ ਆਪ ਤਾਂ ਦੇਖਿਆ ਨੀ ਜਾਂਦਾ, ਬੇਗਾਨੀ ਧੀ ਨੂੰ ਕਿੱਥੋਂ ਸਾਂਭਲੂ? ਐਵੇਂ ਨੀ ਜਨਾਨੀਆਂ ਰੱਖ ਹੁੰਦੀਆਂ, ਜੁਰਕਾ ਵੀ ਚਾਹੀਦਾ। 4 ਦਿਨ ਨੌਕਰੀ ਤੇ ਜਾਂਦਾ ਨੀ ਛੱਡ ਕੇ ਬਹਿੰਦਾ। ਮੰਮੀ ਮੈਂ ਤਾਂ ਰੱਖਣੀ ਜਨਾਨੀ। ਮੈਂ ਤੈਨੂੰ ਕੀ ਕਹਿ ਰਿਹਾ, ਨਾ ਤੁਸੀਂ ਇਹ ਪੰਗੇ ਚੱਕੋ, ਮੇਰਾ ਵਿਆਹ ਕਰਕੇ ਘਰ ਤੇ ਹੋਰ ਕਲੇਸ਼ ਹੋਣ ਲੱਗ ਜੂਗਾ। ਫਿਰ ਤੁਸੀਂ ਕਿਉਂ ਚੱਕਰਾਂ 'ਚ ਪੈਂਦੇ ਹੋ? ਤੁਹਾਨੂੰ ਉਹੀ ਗੱਲ ਹੋ ਗਈ ਨਾ ਜਿਹੜੀ ਮੈਂ ਕਹੀ ਸੀ। ਆ ਸ਼ਿੰਦੋ ਲੋਕਾਂ ਦੇ ਰਿਸ਼ਤੇ ਕਰਾਉਂਦੀ ਫਿਰਦੀ, ਆਪਣੀ ਨੂੰ ਤੇ ਜੇ ਸਾਂਭੀ ਨਹੀਂ ਜਾਂਦੀ। ਤੈਨੂੰ ਦੋ ਚੂੜੀਆਲੀ ਲਿਆ ਕੇ ਕਿਹਾ ਸੀ ਨਾ ਮੈਂ ਤੁਹਾਨੂੰ, ਵੱਖ ਹੋ ਜਾ ਇਹਦੇ ਨਾਲ। ਚੂੜੀਆਲੀ ਲਿਆਉਣ ਨੂੰ ਫਿਰਦਾ, ਇਹ ਕਰਾਊਗਾ ਵਿਆਹ ਲੈਂਦੀ ਉਮਰੇ। ਬਸ਼ਰਮ ਕਿਸੇ ਥਾਂ ਦਾ। ਕੋਈ ਨਾ ਪੁੱਤ, ਮੈਂ ਸਮਝਾਉਂਗੀ ਆਪਣੇ, ਕੋਈ ਨਾ। ਪੜ੍ਹ ਲਿਆ ਅਖਬਾਰ, ਤੈਨੂੰ ਤਾਂ ਕੋਈ ਟੈਨਸ਼ਨ ਹੀ ਨਹੀਂ। ਮੈਨੂੰ ਕਹਿੰਦਾ ਸੀ ਨਾ ਅਕਲ ਨੂੰ ਹੱਥ ਮਾਰ, ਹੁਣ ਤੂੰ ਮਾਰ ਅਕਲ ਨੂੰ ਹੱਥ। ਇਹਨੂੰ ਤਾਂ ਚਾਹ ਚੜਾ ਲਿਆ ਭਾਬੀ ਦਾ। ਲੈ ਉਹ ਤੂੰ ਕਦੇ ਠੰਡੇ ਮਤੇ ਨਾ ਮੇਰੇ ਕੋਲ ਬੈਠ ਜਾ ਕਰ, ਮਾੜੇ ਮੋਟੇ ਠੰਡੇ ਦਿਮਾਗ ਨਾਲ ਕੰਮ ਵੀ ਲੈ ਲਿਆ ਕਰ ਦਿਮਾਗ ਤੋਂ। ਹਰ ਦਿਨ ਸਾਰੀਆਂ ਸਕੀਮਾਂ ਨਾ ਫੇਲ ਹੋ ਗਈਆਂ ਤੇਰੀਆਂ। ਜੇ ਅਗਲੀ ਨੇ 3 ਹਿੱਸੇ ਕਰ ਲਏ ਨਾ, ਆਪਣਾ ਹਿੱਸਾ ਵੀ ਇਹਨੂੰ ਦੇ ਦੂੰ। ਬਾਹਲੀ ਬਣਦੀ ਉਹਦੇ ਨਾਲ, ਮੇਰੇ ਨਾਲ ਤਾਂ ਬਣਦੀ ਨਹੀਂ ਇਹੋ ਜਿਹੀ ਮਾਂ ਤੇਰੀ। ਹੁਣ ਕਰ ਕੁਝ, ਐਵੇਂ ਨਹੀਂ ਸਰਨਾ ਹੈਗਾ। ਹੁਣ ਮੈਂ ਹੀ ਸਾਰਾ ਕੁਛ ਕਰੀ ਜਾਵਾਂ, ਤੂੰ ਕੁਛ ਨਹੀਂ ਕਰ ਸਕਦੀ, ਸਾਰਾ ਕੁਛ ਤਾਂ ਤੇਰੇ ਹੱਥ 'ਚ ਆ। ਨਾ ਮੇਰੇ ਹੱਥ 'ਚ ਕੀ ਆ, ਮੈਂ ਕੀ ਕਰਨਾ ਹੈਗਾ? ਬੁਝਾਰਤਾ ਜੀ ਇਹਨੇ ਪਾਈ ਜਾਓ, ਸਿੱਧਾ ਸਿੱਧਾ ਦੱਸੋ। ਉਹ ਵਿਆਹ ਦੀ ਗੱਲ ਹੋਈ ਆ, ਵਿਆਹ ਹੋਇਆ ਤਾਂ ਨਹੀਂ ਹਜੇ। ਭਾਨੀ ਨਾਂ ਦੀ ਵੀ ਕੋਈ ਚੀਜ਼ ਆ, ਕੋ ਦਿਮਾਗ ਤੋਂ ਕੰਮ ਲੈ ਲਾ, ਇਹਨੂੰ ਵਰਤ ਲਿਆ ਕਰ ਮਾੜਾ ਮੋਟਾ, ਸਾਰਾ ਦਿਨ ਸਿਰੇ ਚੜ੍ਹੀ ਰਹਿੰਦੀ ਆ। ਆਹ ਤਾਂ ਮੈਂ ਸੋਚਿਆ ਹੀ ਨਹੀਂ। ਆਹੋ ਅਸੀਂ ਵੀ ਭਾਨੀ ਮਾਰ ਦਿੰਦੇ ਹਾਂ, ਵੈਸੇ ਵੀ ਇਹਨੂੰ ਕਿੰਨੀ ਕੁੜੀ ਦੇਣੀ ਹੈਗੀ। ਉਹੀ ਤਾਂ ਗੱਲ ਆ ਸ਼ਿੰਦੋ, ਇਹ ਤੂੰ ਸ਼ਿੰਦੋ ਦੇ ਜਾ ਕੇ ਇਹ ਗੱਲ ਕਹੀ ਕਿ ਵੀ ਤਾਂ ਦਾਰੂ ਪੀਂਦਾ, ਕਲੇਸ਼ ਕਰਦਾ ਸਾਡੇ ਨਾਲ, ਠੀਕ ਆ ਨਾ, ਅਤੇ ਮਾਂ ਨੂੰ ਵੱਧ ਘੱਟ ਬੋਲਦਾ, ਛੋਟੇ ਭਾਈ ਨੂੰ ਫੜ ਲੈਂਦਾ, ਆਪੇ ਮਾੜਾ ਮੋਟਾ 2-4 ਗੱਲਾਂ ਕਹਿ ਦੀ, ਉਹਨੇ ਆਪੇ ਮੁੱਕਰ ਜਾਣਾ। ਨਾਲੇ ਜੀ ਦਾ ਅੱਜ ਦਿਨ ਤੱਕ ਨਹੀਂ ਹੋਇਆ, ਹੁਣ ਇਹਦਾ ਰਿਸ਼ਤਾ ਸਵਾਹ ਹੋ ਜੂ। ਕਮਲਾ ਕਿਸੇ ਥਾਂ ਦਾ, ਤੂੰ ਟੈਨਸ਼ਨ ਨਾ ਲੈ। ਮੈਂ ਅੱਜ ਹੀ ਆਥਣੇ ਜਾ ਕੇ ਆਉਂਦੀ ਹੈ ਸ਼ਿੰਦੋ ਘਰੇ, ਦੱਸਦੀ ਆ ਉਹਨੂੰ, ਹੱਟ ਕੇ ਕਿਸਦਾ ਰਿਸ਼ਤਾ ਕਰਾਉਣ ਜੋਗੀ ਨਾ ਛੱਡੂ, ਲੱਗੀ ਰਿਸ਼ਤੇ ਕਰਾਂ। ਨਾਲੇ ਪਿਆਰ ਨਾਲ ਬੋਲਿਆ ਕਰ ਮਾੜਾ ਮੋਟਾ। ਚੰਗਾ। ਮੰਮੀ ਆ, ਮੇਰੇ ਫੋਨ ਦਾ ਚਾਰਜਰ ਕਿੱਥੇ ਹੈਗਾ? ਮੈਂ ਚਾਰਜਰ ਤੱਕ ਤਾਂ ਹੀ ਪਿਆ ਸੀ, ਤੂੰ ਮੇਰੀ ਗੱਲ ਸੁਣ। ਹਾਂ ਦੇਖੀ, 4-5 ਜਗ੍ਹਾ ਤੇ ਗੱਲ ਚਲਾ ਲਈ ਤੇਰੇ ਰਿਸ਼ਤੇ ਦੀ, ਕੋਈ ਤੈਨੂੰ ਆਇਆ ਨਹੀਂ ਫੋਨ ਕਿਸੇ ਦਾ? ਨਾ ਮੰਮੀ, ਉਹਦਾ ਕੋਈ ਫੋਨ ਨਹੀਂ ਆਇਆ ਹੈਗਾ। ਲੈ ਦੱਸ, ਪਤਾ ਨਹੀਂ ਕਿਹੜਾ ਭਾਨੀ ਮਾਰ ਦੇਗਾ, ਕੀ ਗੱਲ ਹੈ? ਓਹੋ ਮੰਮੀ, ਇੱਕ ਤਾਂ ਪਿੰਡ ਹੈ ਇਹ, ਕਿਹੜਾ ਚਾਹੁੰਦਾ ਕਿਸੇ ਦਾ ਘਰ ਵਸ ਜੇ। ਬਾਕੀ ਦੂਜੀ ਗੱਲ ਮੰਮੀ, ਮੇਰੀ ਉਮਰ ਤਾਂ ਦੇਖ ਕਿੰਨੀ ਹੋ ਗਈ, ਨਾ ਮੇਰੇ ਕੋਲ ਇੰਨੀ ਜ਼ਮੀਨ ਹੈ, ਮੇਰਾ ਵਿਆਹ ਹੋ ਜੂ। ਤੂੰ ਨਾ ਐਨਾ ਬੋਲਿਆ ਕਰ, ਪਹਿਲੇ ਮਾੜੀਆਂ ਭਾਖਿਆ ਲੱਗਦੀਆਂ ਨਾ ਕੱਢਣ, ਚੁੱਪ ਕਰਕੇ ਬੈਠਾ ਰਿਹਾ ਕਰ। ਮੈਂ ਤਾਂ ਹੈਰਾਨ ਹੈ, ਆਪਾਂ ਨਾਲੇ ਕਦੇ ਕਿਸੇ ਦਾ ਬੁਰਾ ਨਹੀਂ ਕਰਿਆ, ਕੁੜੀ ਦੇ ਦੂੰਗਾ, ਕਮਾਈ ਇਹ ਨੀ ਕਰਦਾ ਹੈਗਾ, ਭਾਨੀਆਂ ਮਾਰ ਦਿੰਦੇ ਨਾਲੇ ਹੋਰ ਕੁਛ। ਬੋਲਦੀ ਕੁੜੇ ਤੂੰ, ਹੈ ਦੱਸ ਕਿੱਡੀ ਜਵਾਨ ਲੱਗੀ ਪਈ ਆ ਤੇਰੇ। ਭਾਬੀ ਸਾਡੀ ਦੋਵਾਂ ਦੀ ਗੱਲ ਹੈ, ਤੂੰ ਵਿੱਚ ਕਿਉਂ ਟੰਗੜਾ ਰਹੀ ਹੈਗੀ? ਰਿਸ਼ਤਾ ਮੇਰਾ ਹੋਵੇ ਨਾ ਹੋਵੇ ਤੈਨੂੰ ਇਸ ਤੋਂ ਕੀ ਮਤਲਬ ਹੈ? ਹੁਣ ਮੈਂ ਨਹੀਂ ਤੇਰਾ ਰਿਸ਼ਤਾ ਹੋਣ ਦਿੰਦੀ, ਹੁਣ ਮੈਂ ਮਾਰੂੰਗੀ ਭਾਨੀ, ਕਰ ਲਈ ਜੋ ਕੁਝ ਕਰ ਸਕਦਾ। ਹੋਰ ਦੇਖੀ ਕਿਵੇਂ ਬੋਲਦੀ ਆ, ਦੇਖ ਲੈ ਕਿੱਡੀ ਜਵਾਨ ਲੱਗੀ ਪਈ ਆ ਤੇ। ਤੇਰੀ ਇੱਜ਼ਤ ਕਰਦਾ ਮੈਂ, ਤੂੰ ਛੋਟੀ ਐ ਮੇਰੇ ਤੋਂ, ਤਾਂ ਨਹੀਂ ਮੈਂ ਤੈਨੂੰ ਕੁਝ ਬੋਲਦਾ। ਜੇ ਆਹ ਗੱਲ ਰਿਸ਼ਤੇ ਵਾਲੀ ਗੱਲ ਹੈ ਨਾ, ਤੂੰ ਰਿਸ਼ਤਾ ਤੜਾਉਣ ਤੇ ਜ਼ੋਰ ਲਾ, ਮੈਂ ਰਿਸ਼ਤਾ ਕਰਾਉਣ ਤੇ ਜ਼ੋਰ ਲਾਊਂਗਾ। ਰਿਸ਼ਤਾ ਲਊਂਗਾ ਤੇਰੇ ਹੱਥੋਂ, ਪਰ ਤੂੰ ਖੁਸ਼ ਹੋ ਕੇ ਰਿਸ਼ਤਾ ਕਰੇਂਗੀ ਮੇਰਾ। ਲੈ ਪੁੱਤ, ਭਰਜਾਈਆਂ ਕਿਹੜਾ ਕਰਾਉਂਦੇ ਨੇ ਰਿਸ਼ਤੇ, ਜੇ ਕਰਾਉਣਾ ਹੁੰਦਾ ਇਹ ਕਰਾ ਦੇਣੀ ਬਥੇਰਾ, ਕਰਾਉਣ ਦਾ ਕੀ ਡਰ ਹੁੰਦਾ ਕਿਤੇ? ਮੈਨੂੰ ਨਹੀਂ ਲੋੜ ਪੈ ਗਈ ਕਿਸੇ ਘਰ ਵਸਾਉਣ ਦੀ। ਐ ਨਹੀਂ ਹੈਗਾ ਵੀ ਰਸੋਈ 'ਚ ਫੜਾ ਦਾ ਡੱਬਾ ਮੰਜਿਆ ਜਾਵੇ। ਦੱਸ ਪੂਰੀ ਰੱਖ ਕੇ ਵੱਗ ਗਿਆ। ਫੋਨ ਕਿਹਦਾ ਵੱਜਦਾ ਦੇਖਾਂ। ਹੈਲੋ, ਹਾਂ ਭਾਈ ਗੁਰਿੰਦਰ ਆ ਤਾਂ ਗਿਆ, ਉਹ ਪਤਾ ਨਹੀਂ ਕਿੱਧਰ ਨੂੰ ਲੰਘਿਆ, ਫੋਨ ਵੀ ਸਗੋਂ ਦੀ ਘਰੇ ਰੱਖ ਗਿਆ। ਹਾਂ ਪੁੱਤ ਸਤਿ ਸ਼੍ਰੀ ਅਕਾਲ, ਠੀਕ ਠਾਕ? ਹਾਂ ਵਧੀਆ ਵਧੀਆ, ਸਭ ਠੀਕ ਠਾਕ, ਤੂੰ ਸੁਣਾ? ਬਈ ਪੁੱਤ ਵਧੀਆ, ਤਾਂ ਫੋਨ ਕਰ ਲਿਆ, ਮੈਂ ਤਾਂ ਅੱਜ ਫੋਨ ਕਰਨ ਵਾਲੀ ਹੋ ਸੀ ਤੈਨੂੰ।
मैं क्या मैं फौजी नूं कहां? हाँ हाँ होर मैं तो सोचा मैं क्या मैं फौजी नूं कहनी तू बाहर फिरदा तुरदा रहना पुत कोई गुरिंदर दे रिश्ते की गल तोर आपां इहदा ब्याह करना है मम्मी किहदे नाल गल कर रही हाँ हाँ लह तेरी तो इन्नी जान पछाण है होर तेरे दोस्त का भी घर बसा पुत अच्छा अच्छा हाँ चल रखी ध्यान ठीक है आ जाना मैं कहनी हूँ चंगा भाई की पता फौजी के हथों ही बन जाए काम ਇਹਦਾ ਨਵਾਂ ਫੌਜੀ ਲੱਭ ਲਿਆ ਇਹਨਾਂ ਨੇ ਮੈਂ ਕਰਾਉਂਦੀ ਦਾ ਰਿਸ਼ਤਾ ਮੈਂ ਨਹੀਂ ਹੋਣ ਦਿੰਦੀ ਦਾ ਰਿਸ਼ਤਾ ਘਰ ਵਿੱਚ ਕਰਨਾ ਹੈਲੋ ਫੌਜੀ ਵੀਰਾ ਬੋਲਦਾ ਵੀਰੇ ਮੈਂ ਗੁਰਿੰਦਰ ਦੀ ਭਾਬੀ ਬੋਲਦੀ ਹਾਂ ਸਤਿ ਸ਼੍ਰੀ ਅਕਾਲ ਵੀਰੇ ਮੈਂ ਇੱਕ ਗੱਲ ਕਹਿਣੀ ਸੀ ਤੁਸੀਂ ਗੁਰਿੰਦਰ ਦਾ ਰਿਸ਼ਤਾ ਕਰਾਉਣ ਲੱਗੇ ਹੋ ਤੁਹਾਨੂੰ ਪਤਾ ਵੀ ਹੈ ਗੁਰਿੰਦਰ ਬਾਰੇ ਵੀਰੇ ਤੁਸੀਂ ਤਾਂ ਫੌਜ ਵਿੱਚ ਰਹਿੰਦੇ ਹੋ ਤੁਹਾਨੂੰ ਕੀ ਪਤਾ ਕਿੰਨਾ ਕਲੇਸ਼ ਕਰਦਾ ਘਰੇ ਆ ਕੇ ਨਿੱਤ ਨਵਾਂ ਕਲੇਸ਼ ਛੇੜ ਰੱਖਦਾ ਦਾਰੂ ਪੀਤੇ ਬਿਨਾਂ ਤਾਂ ਇਹ ਘਰ 'ਚ ਨਹੀਂ ਵੜਦਾ ਵੀਰੇ ਤੁਸੀਂ ਕਾਹਨੂੰ ਪਾਪ ਦੇ ਭਾਗੀਦਾਰ ਬਣੋਗੇ ਕਿਸੇ ਦੀ ਧੀ ਦੀ ਜ਼ਿੰਦਗੀ ਬਰਬਾਦ ਕਰਕੇ ਨਾਲੇ ਲੈਂਦੀ ਉਮਰ 'ਚ ਹੁਣ ਇਹਦਾ ਕੀ ਵਿਆਹ ਕਰਨਾ ਹੈਗਾ ਛੱਡੋ ਪਰਾਂ ਤੁਸੀਂ ਨਾ ਐਵੇਂ ਪੰਗਿਆਂ ਵਿੱਚ ਪਵੋ ਮੈਂ ਤਾਂ ਕਹਿੰਦੀ ਹਾਂ ਤੁਸੀਂ ਰਹਿਣ ਹੀ ਦਿਓ ਇਹਦਾ ਰਿਸ਼ਤਾ ਕਰਾਉਣਾ ਸਾਡਾ ਤੀ ਨਾ ਜੀਣਾ ਦੁਰਲਭ ਕੀਤਾ ਹੋਇਆ ਅਸੀਂ ਨਹੀਂ ਚਾਹੁੰਦੇ ਕਿਸੇ ਬੇਗਾਨੀ ਧੀ ਦੀ ਜ਼ਿੰਦਗੀ ਖਰਾਬ ਹੋਵੇ ਐਵੇਂ ਚੱਲ ਠੀਕ ਹੈ ਵੀਰੇ ਤੇ ਇੱਕ ਹੱਥ ਜੋੜ ਕੇ ਬੇਨਤੀ ਹੈ ਰੱਬ ਦੇ ਵਾਸਤੇ ਕਿਸੇ ਨਾਲ ਗੱਲ ਨਾ ਕਰੀ ਕਿ ਮੈਂ ਤੈਨੂੰ ਕਾਲ ਕੀਤੀ ਸੀ ਚੰਗਾ ਵੀਰੇ ਸਤਿ ਸ਼੍ਰੀ ਅਕਾਲ ਰਿਸ਼ਤੇ ਦਾ ਫੋਨ ਕਰਾਂਗਾ ਆਇਆ ਵੱਡਾ ਤੂੰ ਕਰਾਉਗੀ ਆਪਣੇ ਇੱਥੋਂ ਖੁਸ਼ ਹੋ ਕੇ ਉਹ ਵਾਲਾ ਡੱਬਾ ਉਹ ਦਿਖਾਓ ਜੀ ਉਹ ਸ਼ਰਟ ਜਿਹੜੀ ਤੂੰ ਛੁੱਟੀਆਂ ਫੋਨ ਨੀ ਕਰਿਆ ਮੇਰੇ ਯਾਰ ਮੈਂ ਫੋਨ ਕਰਿਆ ਤੈਨੂੰ ਤੇਰੀ ਮਾਤਾ ਨੇ ਫੋਨ ਚੱਕਿਆ ਅੱਛਾ ਮੈਂ ਘਰੇ ਛੱਡ ਗਿਆ ਫੋਨ ਇੱਕ ਦਿਨ ਠੀਕ ਹੈ ਠੀਕ ਹੈ ਠੀਕ ਹੈ ਵਧੀਆ ਗੱਲ ਹੈ ਫਿਰ ਤਾਂ ਹੋਰ ਕਿਆ ਸੇਵਾ ਕਰੀਏ ਬਸ ਸੇਵਾ ਕਿਆ ਦਰਸ਼ਨ ਹੋ ਗਏ ਵੀਰ ਦੇ ਚੱਲ ਕਿਆ ਮਾਤਾ ਨਾਲ ਕੀ ਗੱਲ ਹੋਈ ਮਾਤਾ ਨਾਲ ਤਾਂ ਗੱਲ ਹੋਈ ਹੈ ਪਰ ਤੇਰੇ ਵਿਆਹ ਬਾਰੇ ਕਹਿੰਦੀ ਸੀ ਮਾਤਾ ਵੀ ਰਿਸ਼ਤਾ ਕਰਾ ਦੇ ਮੁੰਡੇ ਦਾ ਮਾਤਾ ਪਾਗਲ ਹੋ ਗਈ ਹਰੇਕ ਨੂੰ ਵਿਆਹ ਬਾਰੇ ਲੱਗ ਜਾਂਦੀ ਕਹਿਣ ਅੱਛਾ ਹੋਰ ਕਿਹਾ ਤਾਂ ਹੈ ਤਾਂ ਕਹਿੰਦੀ ਕਰਾ ਦੇ ਰਿਸ਼ਤਾ ਪਰ ਤੇ ਮੈਨੂੰ ਪਤਾ ਲੱਗਿਆ ਵੀ ਤੇਰੇ ਲੱਛਣ ਨਹੀਂ ਠੀਕ ਹੈ ਮੈਂ ਲੱਛਣ ਨੂੰ ਕੀ ਮਾੜਾ ਕਰਤਾ ਮਾੜਾ ਕਰਤਾ ਤੇਰੇ ਲੱਛਣ ਦਾਰੂ ਪੀਂਦਾ ਕਹਿੰਦੇ ਬਹੁਤ ਤੈਨੂੰ ਕੌਣ ਕਹਿੰਦਾ ਦਾਰੂ ਪੀਂਦਾ ਆਹ ਖੜਾ ਲੈ ਸ਼ਾਮ ਦਾ ਟਾਈਮ ਹੈ ਡਿਊਟੀ ਤੋਂ ਆਇਆ ਲੱਗੀ ਲੱਗ ਰਹੀ ਦਾਰੂ ਪੀਤੀ ਹੋਈ ਚੱਲ ਲੱਗਦੀ ਤਾਂ ਨਹੀਂ ਹੈ ਤੈਨੂੰ ਕਿਹਨੇ ਕਿਹਾ ਦਾਰੂ ਪੀਂਦਾ ਮੈਨੂੰ ਪਤਾ ਲੱਗਿਆ ਫਿਰ ਵੀ ਕਹਿੰਦਾ ਕੌਣ ਹੈ ਕੱਲ੍ਹ ਛੁੱਟੀ ਤੋਂ ਆਇਆ ਤੂੰ ਹਾਲ ਤੇਰੀ ਮਾਤਾ ਦੇ ਫੋਨ ਤੇ ਬਾਅਦ ਜਦੀ ਭਾਬੀ ਦਾ ਫੋਨ ਆ ਗਿਆ ਤੇਰੀ ਦਾ ਭਾਬੀ ਦਾ ਫੋਨ ਹਾਂ ਮੇਰੀ ਭਾਬੀ ਦਾ ਫੋਨ ਮੇਰੀ ਭਾਬੀ ਦਾ ਕੀ ਕਹਿੰਦੀ ਉਹਨੇ ਕਿਹਾ ਵੀ ਇਹਦਾ ਰਿਸ਼ਤਾ ਨਹੀਂ ਕਰਾਉਣਾ ਹੈ ਮੇਰੀ ਭਾਬੀ ਤੈਨੂੰ ਫੋਨ ਆਇਆ ਰਿਸ਼ਤਾ ਨਹੀਂ ਕਰਾਉਣਾ ਕਰਾਉਣਾ ਨਹੀਂ ਹੈ ਹੋਰ ਕੀ ਕਹਿੰਦੀ ਬਸ ਇਹੀ ਕਹਿੰਦੀ ਵੀ ਜੇ ਰਿਸ਼ਤਾ ਕਰਾਇਓ ਨਾ ਤੁਸੀਂ ਬਸ ਫੌਜੀ ਸਾਹਿਬ ਭਾਨੀ ਮਾਰ ਦੇਣੀ ਕੋਈ ਨਾ ਕੋਈ ਅੱਛਾ ਓਏ ਯਾਰ ਰਿਸ਼ਤੇ ਦੀ ਸੁਣ ਲੈ ਤੰਗ ਕਰਦੀ ਭਾਬੀ ਬਹੁਤ ਕਿਆ ਗੱਲ ਹੋ ਗਈ ਮੈਨੂੰ ਮਾਤਾ ਨੂੰ ਨਾ ਰੋਟੀ ਦੇਵੇ ਨਾ ਪਾਣੀ ਦੇਵੇ ਨਾ ਸਵਾਰ ਕੇ ਪੁੱਛੇ ਛੋਟਾ ਉਹਦੀ ਹਾਂ ਜਹਾਂ ਰਲਾਉਂਦਾ ਉਹ ਤਾਂ ਕਹਿੰਦੀ ਸਾਨੂੰ ਕੁੱਟਦਾ ਮਾਰਦਾ ਏ ਯਾਰ ਤੈਨੂੰ ਲੱਗਦਾ ਮੈਂ ਹੋਊਂਗਾ ਇਹੋ ਜਿਹਾ ਤੈਨੂੰ ਲੱਗਦਾ ਤਾਂ ਨਹੀਂ ਆ ਪਰ ਤੇਰੀ ਭਾਬੀ ਕਹਿ ਰਹੀ ਹੈ ਕਹਿੰਦੀ ਸਾਨੂੰ ਕੁੱਟਦਾ ਮਾਰਦਾ ਸਾਰੇ ਨਾ ਤਾਂ ਮੈਂ ਕਿਸੇ ਨੂੰ ਕੁੱਟਦਾ ਨਾ ਮਾਰਦਾ ਨਾ ਮੈਂ ਘਰੇ ਜਾ ਕੇ ਫਾਲਤੂ ਬੋਲਦਾ ਹੁਣ ਘਰੇ ਜਾ ਕੇ ਵੜਦਾ ਰੋਟੀ ਖਾ ਕੇ ਪੈ ਜਾਣਾ 12 ਘੰਟੇ ਮੇਰੀ ਡਿਊਟੀ ਹੈ ਤੇ ਉਹ ਕਿਉਂ ਕਹੀ ਜਾਂਦੀ ਭਾਈ ਭਾਈ ਰਿਸ਼ਤਾ ਨਹੀਂ ਕਰਾਣਾ ਸੁਣ ਮੇਰੀ ਗੱਲ ਦਾਰੂ ਪੀਂਦਾ ਸੁਣ ਸੁਣ ਗਲਤ ਚੱਲ ਗਿਆ ਬਹੁਤ ਸੁਣ 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 ਉਹ ਮਾਰਦੀ ਹੈ ਭਾਨੀ ਅੱਛਾ ਕਿਉਂ ਮਾਰਦੀ ਹੈ ਵੀ ਨਵੀਂ ਬਹੂ ਆਊਗੀ ਜਿਹੜੀ ਮੇਰੇ ਹਿੱਸੇ ਦੀ ਜ਼ਮੀਨ ਹੈ ਉਹਨੂੰ ਨਹੀਂ ਜਾਊਗੀ ਤੈਨੂੰ ਪਤਾ ਹੀ ਭਾਬੀ ਨਾ ਯਾਰ ਆਹ ਗੱਲ ਹੈਗੀ ਹੁਣ ਤੂੰ ਦੱਸ ਵੀ ਮੈਂ ਕਿਆ ਕਰ ਸਕਦਾ ਇਹਦੇ ਵਿੱਚ ਵੀ ਰਿਸ਼ਤਾ ਵੀ ਹੋ ਜੇ ਘਰ 'ਚ ਕਲੇਸ਼ ਵੀ ਨਾ ਹੋਵੇ ਹਰ ਰਿਸ਼ਤਾ ਵੀ ਉਹੀ ਕਰਾਵੇ ਉਹ ਇੱਦਾਂ ਕਰ ਫਿਰ ਘਰੇ ਜਾਈ ਹਾਂ
चल मैं कल ही गल करूंगा, अच्छा नहीं करता हूं तो मन ही नहीं गल। मैं जरूरी गल करनी छेती बाहर आ। इन्हें केड़ी जरूरी गल करनी है? किथे मम्मी? मम्मी उरिया उरिया। हाँ आ रही है, एक तो तू रौला ज्यादा पाउना है। ओ गल तो सुन। हाँ पुत्तर दस। मेरे रिश्ते की टेंशन खत्म होगी। अच्छा ओ किवें? अपा ऐ कर देंगे, अपा जो हुण कुड़ी देखांगे हाँ मेरे रिश्ते वास्ते है ना। अच्छा अपा उहदे घर देयां नूं इक गल कह दांगे। की गल? बई गुरिंदर दा रिश्ता असीं ना करा दिए। तू पागल होई है? तेनूं इह किहनूं स्कीम देती? हाँ आपां तां सोचते सीगे भी आपां भानी मारदे फिरदे आं, तू यह रिश्ते कराउंदी फिरदी आ, तू इह जिहा तेरा दिमाग कित्थों लिआंदा तैं? थक गई मैं भानियां मार मार के, गल सुन लो मेरी। मैं इहदी गुरिंदर दी गल सुनी थी, मम्मी नूं कह रहा थी कहिंदे गल तेरी सही है, पर हुण इह जिम्मेवारी तेरी आ, तू ही चाहना चाड़ दी कितें? नहीं हूँ तो मैं चंगी तरह स्कीम लाऊंगी चज की। दस पता नहीं की बनूंगा की ना बनूंगा, मैं तो तरला मार दी मुंडे का घर बस जाऊंगा। मम्मी की गल होगी, की सोची जाने हो? नहीं बस मैं की सोचना भाई, मैं तो गुरिंदर बारे सोच सोच के पागल हो ही जाती हाँ सारा दिन। एवं ना अपना दिमाग खराब करो, नाले जे एडी रिश्ते की गल है ना तो मैं ही रिश्ता करा दी गुरिंदर का। मैं सोचा कि मैं जो भी कर रही गलत कर रही हाँ। अच्छा फिर ये तो वधिया गल होर की हो सकती है जे तू रिश्ता करा दवे है। चल तेन अकल तो आई, देर आई दुरुस्त आई। हूँ गुरिंदर का रिश्ता मैं ही कराऊंगी, तुसी टेंशन ना लो। चल ठीक है फिर, जे तू कराएगी तो मैं कहूँ टेंशन करूँगी, बहुत वधिया गल है। पर तू ए दस राणी मैनू, तू रिश्ता करावेगी कितों? मेरी मासी की रिश्तेदारी विच एक कुड़ी हैगी आ, ओह बाले गरीब सी, पहले उहदा विआह नहीं होया, हुण ओह कहिंदी मैं विआह कराउंदी नहीं हैगी, गुरिंदर दी उमर दी होई है। मैं करूँगी अपनी मासी नाल गल, मेरे नाल बाला मोह करदी है, मैनू नहीं मना करदे उह। चल चंगा ती करके देख लै तूं गल, खबर अपना कम सैट आ जावे। हाँ जी मम्मी। हाँ पुत्त। मैं तां इह कहिंदा था वी करमजीत नूं जिवें उहदे पेके छड्डिआ मैं कई दिन हो गए। हाँ पुत छड्या कोई गल नहीं, चार दिन जवाकड़े लाया होगी अपने घरे, ओदा मन कुछ होर हो जूगा, लै जा जाया। जी मैं भी उत्थे रात लाया मैं है ना। लाया पुत कोई डर नहीं, जाया जाया कोई ना। नाल तुसी करमजीत नूं छड्डन जाने हो? हाँ। मैं तां इह कहिंदी थी मम्मी कि मैं भी नाल ही जायांदी इहनां दे। लै कमली इहदीआं गल्लां सुण लो, तूं उत्थे की करेंगे पुत, उहने तां पहलां चार दिन अपने घरे जाणा, तेरा नहीं पुत कम चंगा लगदा जाण दा। हैं क्यों नहीं चंगा लगदा? मैं तां जाऊंगी करमजीत नूं छड्डन। ਲੈ ਦੱਸ। ਉਹ ਭਾਬੀ ਤੁਸੀਂ ਕਿਉਂ ਚੱਲੇ ਹੋਏ ਹੋ? ਤੁਸੀਂ ਬਾਅਦ ਤੁਸੀਂ ਐਂ ਕਰਿਓ, ਛੱਡ ਮੈਂ ਆਉਣਾ, ਲੈ ਭਾਬੀ ਆਉਗੀ। ਇਹ ਗੱਲ ਠੀਕ ਹੈ ਤੇਰੀ, ਭਾਬੀ ਦੇ ਛੋਟਾ ਲਿਆਉਂਗੇ ਜਾ ਕੇ। ਹਾਂ ਦੋਨੇ ਜਣੇ ਲਿਆਉਣਗੇ ਜਾ ਕੇ, ਮੈਂ ਤਾਂ ਚੰਗਾ ਨਹੀਂ ਲੱਗਦਾ। ਮੈਂ ਤਾਂ ਦਿਨ ਰਹਿ ਕੇ ਆਣਾ ਹੈਗਾ। ਲੈ ਮੈਨੂੰ ਕੰਮ ਤੇ ਕਹਿੰਦੀ ਹੈ ਜਾਣ ਦੇ। ਲੈ ਤਾਂ ਕੀ ਹੋ ਗਿਆ? ਇਹ ਕਹਿੰਦੀ ਮੈਂ ਤਾਂ ਐ ਨਹੀਂ ਸਮਝ ਆਉਂਦੀ ਇਹ ਕਹਿੰਦੀ ਕੀ ਹੈ ਇਹ? ਹੈ ਇਹਦਾ ਕੀ ਮਤਲਬ ਹੈ ਜਾਣ ਦਾ? ਅਗਲਾ ਕੀ ਕਹੂਗਾ ਇਹਦਾ ਸੋਚੋ। ਮੈਂ ਵੀ ਘੁੰਮਿਆ ਦੋ ਦਿਨ। ਲੈ
ਮੈਨੂੰ ਨਹੀਂ ਇਹ ਗੱਲ ਚੰਗੀ ਲੱਗਦੀ ਭਾਈ। ਮੇਰੀ ਸੁਣ, ਨਵੀਂ ਰਿਸ਼ਤੇਦਾਰੀ ਹੈ, ਇਹ ਤਾਂ ਉਹਨੂੰ ਜਾਣਦੀ ਹੈ, ਆਪਾਂ ਕਾਹਨੂੰ ਕਿਸੇ ਦੇ ਬੋਝ ਪਾਉਣਾ ਜਾ ਕੇ। ਦੱਸ ਇੱਕਣ ਚੰਗਾ ਵੀ ਨਹੀਂ ਲੱਗਦਾ, ਨਾਲੇ ਅਗਲਾ ਕੀ ਸੋਚੂਗਾ। ਬੋਝ ਦੀ ਕੀ ਗੱਲ ਆ, ਮੈਂ ਰਹਿ ਲੂੰਗੀ ਦੋ ਦਿਨ, ਦੋ ਦਿਨ ਮੈਂ ਮਾਸੀ ਘਰੇ ਲਾਇਆ ਹੂੰ। ਮੈਨੂੰ ਕੰਮ ਦੀ ਗੱਲਾਂ ਨਹੀਂ ਸਮਝ ਆਉਂਦੀ ਹੈ, ਕੀ ਕਹੀ ਜਾਂਦੀ ਹੈ ਗੁਰਿੰਦਰ। ਮੰਮੀ ਪਤਾ ਬਾਬੀ ਜਾਣ ਨੂੰ ਕਾਹਤੇ ਕਹਿ ਰਹੀ ਹੈਗੀ। ਹਾਂ ਇਹ ਉੱਥੇ ਜਾਊਗੀ, ਇਹ ਕਰਮਜੀਤ ਨੂੰ ਕਹੂਗੀ ਵੀ ਹੁਣ ਤੂੰ ਆਪਣੇ ਨਾਲ ਜ਼ਮੀਨ ਲਵਾ ਲੈਣਾ। ਅੱਛਾ ਠੀਕ ਹੈ। ਅੱਛਾ ਗੱਲ ਸੁਣ ਮੇਰੀ, ਜਿਸ ਦਿਨ ਮੈਂ ਅੰਦਰ ਆਇਆ ਸੀ ਨਾ, ਭਾਬੀ ਇੱਥੇ ਖੜੀ ਸੀ, ਮੈਂ ਇਹਨੂੰ ਜਾਣ ਕੇ ਸੁਣਾਇਆ ਸੀ ਵੀ ਮੰਮੀ ਮੈਂ ਗੱਲ ਕਰਨੀ ਜ਼ਰੂਰੀ ਇੱਕ। ਪਤਾ ਕੀ ਜ਼ਰੂਰੀ ਗੱਲ ਸੀ? ਆਹ ਗੱਲ ਜ਼ਰੂਰੀ ਸੀ, ਆਪਾਂ ਜਦੋਂ ਹੁਣ ਕੁੜੀ ਦੇਖਾਂਗੇ ਮੇਰੇ ਰਿਸ਼ਤੇ ਵਾਸਤੇ ਹੈ ਨਾ, ਆਪਾਂ ਉਹਦੇ ਘਰਦਿਆਂ ਨੂੰ ਇੱਕ ਗੱਲ ਕਹਿ ਦਾਂਗੇ ਬਈ ਜਿਹੜੀ ਜ਼ਮੀਨ ਹੈ ਮੇਰੇ ਨਾਮ ਦੀ ਵੀ ਆਪਾਂ ਵਿਆਹ ਤੋਂ ਬਾਅਦ ਕੁੜੀ ਦੇ ਨਾਲ ਕਰਾ ਦਾਂਗੇ। ਅੱਛਾ ਹਾਂ, ਫਿਰ ਉਹਦੇ ਘਰ ਦੇ ਲਾਲਚ ਵਿੱਚ ਆ ਕੇ ਆਪਾਂ ਰਿਸ਼ਤੇ ਨਾ ਨਹੀਂ ਕਰਾਂਗੇ। ਤਾਂ ਤੂੰ ਕਹਿਣਾ ਸੀ ਗੁਰਿੰਦਰ ਮੈਨੂੰ ਵੀ ਕਿਸੇ ਕੋਲ ਗੱਲ ਨਾ ਕਰੀ, ਇਹ ਗੱਲ ਤੀ ਵਿੱਚੋਂ। ਇਹ ਗੱਲ ਹੈ, ਭਾਬੀ ਕੀ ਕਹਿੰਦੀ ਸੀ, ਮੈਂ ਰਿਸ਼ਤਾ ਤੇਰਾ ਹੋਣ ਨਹੀਂ ਦੇਣਾ। ਮੈਂ ਕੀ ਕਿਹਾ ਸੀ, ਮੈਂ ਰਿਸ਼ਤਾ ਲਊਂਗਾ ਤੇਰੇ ਹੱਥੋਂ ਲਊਂਗਾ, ਤੂੰ ਖੁਦ ਕਰਾਏਂਗੀ। ਫੌਜੀ ਮਿਲਿਆ ਮੈਨੂੰ, ਉਹਨੇ ਮੈਨੂੰ ਸਾਰੀ ਗੱਲ ਦੱਸੀ ਵੀ ਮੇਰੀ ਤੇਰੀ ਮੰਮੀ ਨਾਲ ਗੱਲ ਹੋਈ ਸੀ, ਉਸ ਤੋਂ ਬਾਅਦ ਤੇਰੀ ਭਾਬੀ ਦਾ ਫੋਨ ਆਇਆ। ਅੱਛਾ ਉਹ ਮੈਨੂੰ ਮੇਰੇ ਗੱਲ ਪੈ ਗਿਆ, ਤੂੰ ਦਾਰੂ ਪੀਣਾ ਤੂੰ ਇਹ ਕਰਦਾ, ਮੈਂ ਤਾਂ ਨਸ਼ਾ ਹੱਥ ਨਹੀਂ ਲਾਇਆ ਕਦੀ। ਦੱਸ ਇਹ ਕੰਮ ਕਰਦੀ ਸੀ ਇਹ? ਸਾਰੀਆਂ ਭਾਨੀਆਂ ਇਹ ਮਾਰਦੀ ਸੀ। ਨਹੀਂ ਮੈਂ ਮਰ ਜਾ, ਦੱਸ ਅਸੀਂ ਤਾਂ ਇਹਨੂੰ ਕੀ ਸਮਝਦੇ ਰਹੇ। ਤੂੰ ਜੱਗੀ ਇਹਦਾ ਸਾਥ ਦਿੰਦਾ ਰਹੇ ਛੋਟੀ ਗੱਲ 'ਚ? ਹਾਂ ਪੁੱਤ ਸੁਣੀ ਤਾਂ ਵੀ ਨਹੀਂ ਸਾਡੀ, ਸਾਡੀ ਨਹੀਂ ਤਾਂ ਸੁਣੀ। ਮੈਂ ਕੀ ਕਮੀ ਛੱਡੀ ਤੁਹਾਨੂੰ ਪਾਲਣ 'ਚ? ਛੋਟਾ ਜਿਹਾ ਸੀ ਤੂੰ ਜਦੋਂ ਨੌਕਰੀ ਲੱਗ ਗਿਆ ਸੀ, ਮੈਂ 10 ਵੀ ਪੂਰੀ ਨਹੀਂ ਕਰੀ ਸੀ। ਲੜਾਈ ਝਗੜੇ ਦੇ ਵਿੱਚ ਇੱਕੋ ਸਲਾਹ ਕਰਕੇ ਕਿੱਦਾਂ ਘਰ ਬਰਬਾਦ ਹੋ ਗਿਆ। ਅਸੀਂ ਤਾਂ ਸਿਰਫ ਇੱਕ ਨਾ ਜ਼ਮੀਨ ਦਾ ਲਾਲਚ ਕਰ ਲਿਆ ਸੀ। ਜ਼ਮੀਨ ਸਾਂਝੀ ਆ, ਸਾਰੇ ਦਾਣੇ ਉਹਦੇ ਘਰੇ ਆਉਂਦੇ ਨੇ, ਉਹਦੀ ਸਾਰੀ ਕਮਾਈ ਘਰ 'ਚ ਆਉਂਦੀ ਨੀ। ਦੱਸ ਸਾਂਝਾ ਆਪਣਾ ਖਰਚਾ ਗਾ, ਇੱਕ ਚੁੱਲ੍ਹਾ ਹੈ ਆਪਣਾ। ਉੱਤੇ ਨੇ ਪਰ ਰਾਣੀ ਨੇ ਬਹੁਤ ਗਲਤ ਗੱਲ ਕਰੀ ਹੈ ਬਾਈ, ਮੇਰੇ ਵੱਲੋਂ ਗਲਤੀ ਮੰਨ ਲੈ ਰਾਣੀ ਤੇ ਮੇਰੇ ਵੱਲੋਂ ਮੈਂ ਹੱਥ ਜੋੜ ਕੇ ਮਾਫੀ ਮੰਗਦਾ ਇਸ ਚੀਜ਼ ਦੀ। ਚੱਲ ਕੋਈ ਨਹੀਂ ਸੀ ਇਹ ਚੀਜ਼ ਦਾ ਪਤਾ, ਕੋਈ ਨਾ ਪੁੱਤ ਜੋ ਹੋ ਗਿਆ ਹੁਣ ਸੋ ਹੋ ਗਿਆ, ਅੱਗੇ ਤੋਂ ਦੋਨੇ ਜਣੇ ਸਿਆਣੇ ਬਣ ਜਾਓ, ਤੂੰ ਵੀ ਰਾਣੀ, ਉਹ ਤੇਰੀ ਛੋਟੀ ਭੈਣ ਹੈ। ਅੱਛਾ ਤੇਰੀ ਰਿਸ਼ਤੇਦਾਰਾਂ ਚੋਂ ਹੈ, ਉਹ ਕੱਲ੍ਹ ਆਈ ਹੈ ਨਵੀਂ ਨਵੇਲੀ ਹੈ, ਤੂੰ ਉਹਨੂੰ ਦੱਸ ਦੱਸ ਕੇ ਕੰਮ ਕਰਾ ਸਿਖਾ, ਦੋਨੇ ਭੈਣਾਂ ਰਲ ਮਿਲ ਕੇ ਰਹੋ, ਤੁਸੀਂ ਵੀ ਪੁੱਤ ਦੋਵੇਂ ਭਾਈ ਰਲ ਮਿਲ ਕੇ ਰਹੋ। ਅੱਛਾ ਮੈਂ ਕਿੰਨਾ ਚਿਰ ਹੈ, ਤੁਸੀਂ ਨਹੀਂ ਘਰ ਬਣਾ ਕੇ ਰੱਖਣਾ, ਤੁਸੀਂ ਨਹੀਂ ਘਰ ਸਾਂਭ ਕੇ ਰੱਖਣਾ, ਪੁੱਤ ਸਮਝਦਾਰੀ ਨਾਲ ਰਹੋ, ਆਪਣਾ ਘਰ ਚਲਾਓ। ਮੰਮੀ ਮੈਂ ਅੱਜ ਤੋਂ ਕਸਮ ਖਾਣਾ ਮੈਂ ਆਪਣੇ ਨਾਲ ਆਪਣੇ ਬੜੇ ਭਾਈ ਨੂੰ ਕੰਮ ਤੇ ਲੈ ਕੇ ਜਾਇਆ ਕਰੋ। ਹਾਂ ਪੁੱਤ ਸ਼ਾਬਾਸ਼, ਤੇ ਨਾਲ ਹੀ ਲੈ ਕੇ ਆਇਆ ਕਰੋ। ਠੀਕ ਹੈ ਠੀਕ ਹੈ ਨਾ, ਤੇ ਤੁਸੀਂ ਆਪਣਾ ਦੋਨੇ ਨੌਹਾਂ ਨਾਲ ਖੁਸ਼ ਰਹੋ, ਨਾਲੇ ਹੁਣ ਅੱਜ ਤੋਂ ਬਾਅਦ ਤੁਸੀਂ ਕੰਮ ਨਹੀਂ ਕਰਨਾ। ਪੁੱਤ ਮੈਂ ਤਾਂ ਕਦੇ ਇਹਨੂੰ ਵੀ ਨਹੀਂ ਕੁਛ ਕਿਹਾ, ਹੁਣ ਉਹਨੂੰ ਵੀ ਨਹੀਂ ਕੁਛ ਕਹਿੰਦੀ ਮੈਂ ਤਾਂ। ਠੀਕ ਆ ਰਾਣੀ। ਗੁਰਿੰਦਰ ਵੀਰੇ ਮੈਨੂੰ ਮਾਫ ਕਰ ਦਿਓ, ਮੈਂ ਪਤਾ ਨਹੀਂ ਕੀ ਕੀ ਕੀਤਾ ਤੁਹਾਡੀ ਲਾਈਫ ਖਰਾਬ ਕਰਨ ਲਈ। ਚੱਲ ਗੱਲ ਸੁਣ, ਠੀਕ ਹੈ ਤੈਨੂੰ ਅਹਿਸਾਸ ਹੋ ਗਿਆ, ਤੈਨੂੰ ਆਪਣੀ ਗਲਤੀ ਦਾ ਪਤਾ ਲੱਗ ਗਿਆ, ਅੱਜ ਤੋਂ ਬਾਅਦ ਘਰੇ ਖੁਸ਼ੀ ਖੁਸ਼ੀ ਰਹੋ, ਹੱਸ ਕੇ ਰਹੋ, ਰਲ ਕੇ ਰਹੋ, ਸਾਰਾ ਕੁਛ ਆਪਣਾ ਹੀ ਹੈਗਾ। ਆਪਣੇ ਮਨ ਚੋਂ ਸਾਰੀ ਨਫ਼ਰਤ ਕੱਢ ਦੇ ਧੀਏ। ਅੱਛਾ ਤੂੰ ਪਹਿਲਾਂ ਵੀ ਆਈ ਵੀ ਹੈ। ਬੀਜੀ ਮੈਨੂੰ ਮਾਫ ਕਰ ਦੋ। ਕੋਈ ਨਾ ਕੋਈ, ਬਸ ਚਲੋ ਕੋਈ ਨਹੀਂ, ਐਦਾਂ ਕਰੋ ਆਪਾਂ ਕਰਮ ਜੀ ਨੂੰ ਸਾਰੇ ਛੱਡ ਕੇ ਆਉਂਦੇ ਹਾਂ। ਚਲੋ ਫਿਰ ਮੈਂ ਤੁਹਾਡੇ ਨਾਲੇ ਵਾਪਸ ਆ ਜੂ ਛੱਡ ਕੇ। ਚਲੋ ਹਾਂ ਚਲੋ ਫਿਰ ਆ ਜਾ, ਤਿਆਰ ਹੋਈਏ। ਚਲੋ ਸ਼ਾਬਾਸ਼ ਮੇਰੇ ਪੁੱਤਰੋ।